जस टीवी देख रहे हो तुसी, मैं केपी सिंह तुहाडा स्वागत करदा। रणजीत सिंह ढड्डरियां वाले सिख प्रचारक, इन्हां दे नाम ते विवाद बहुत जुड़ते जा रहे हैं। उन्हां विवादां दा हल क्यों नहीं हो रहा गा, इस सवाल दे विचाले जदों उन्होंने धार्मिक दीवान सजाउणे आ उत्थे तनाव वाली स्थिति पैदा हो गई। एक घटना संगरूर दे पिंड गिदड़ियाणी दी है, जिथे 3 दिन धार्मिक समागम चलने हैं, ते इन्हां धार्मिक समागमों दे विचाले कुछ निहंग सिंघां वल्लों धमकी दित्ती गई, ते धमकी देण तों बाद तनाव इन्ना कु वध गया कि उत्थे पुलिस छावनी विच माहौल आ जिहड़ा तब्दील हो गया। पर सवाल यह हैगा कि यह धमकी देण पिछे कौन कौन हैगे आ, धमकी देण दी वजह की है, की है विवाद है की है, रणजीत सिंह ढड्डरियां वाला विवाद जुड़ते क्यों पए हैगे आ, ते उहनां दा हल क्यों नहीं हुंदा। ये सारे सवाल होणगे जरूर, पर सवाल वड्डा यह होवेगा ढड्डरियां वाले नूं धमकी क्यों। ਅਸੀਂ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ 'ਤੇ ਘਮਸਾਣ ਅਤੇ ਤੇਜ਼ ਹੋ ਗਿਆ। ਕੁਝ ਨਿਹੰਗ ਸਿੰਘਾਂ ਵੱਲੋਂ ਢੱਡਰੀਆਂ ਵਾਲੇ ਨੂੰ ਧਮਕੀ ਦੇਣ 'ਤੇ ਵਿਵਾਦ ਭਖਿਆ। ਸੋਸ਼ਲ ਮੀਡੀਆ 'ਤੇ ਧਮਕੀ ਵਾਲੀ ਵਾਇਰਲ ਵੀਡੀਓ ਤੋਂ ਬਾਅਦ ਬਿਆਨਬਾਜ਼ੀਆਂ ਤੇਜ਼ ਹੋਈਆਂ। ਸੰਗਰੂਰ ਦੇ ਪਿੰਡ ਗਿਦੜਿਆਣੀ ਵਿੱਚ ਤਣਾਅ ਵਿਚਾਲੇ ਸਮਾਗਮ ਸ਼ੁਰੂ ਕਰ ਦਿੱਤੇ ਗਏ। ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੰਗਰੂਰ। 3 ਦਿਨ ਚੱਲੇ ਨੇ ਦੀਵਾਨ। ਦੀਵਾਨ ਮੌਕੇ ਵਿਰੋਧ ਕਰਨ ਪੁੱਜੇ ਨਿਹੰਗ ਸਿੰਘ ਪੁਲਿਸ ਨਾਲ ਵੀ ਉਲਝੇ ਆ। ਵਿਰੋਧ ਕਰਨ ਵਾਲੇ ਦਾ ਤਰਕ ਹੈ ਕਿ ਸਿੱਖ ਧਰਮ ਪ੍ਰਤੀ ਕੂੜ ਪ੍ਰਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਢੱਡਰੀਆਂ ਵਾਲੇ ਨੇ ਕਿਹਾ ਮਾਝੇ 'ਚ ਰੱਦ ਕੀਤੇ ਦੀਵਾਨ ਹੁਣ ਨਹੀਂ ਕਰਾਂਗਾ। ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਖਰੀਆਂ ਖਰੀਆਂ ਸੁਣਾਇਆ। ਧਮਕੀ ਦੇਣ ਵਾਲੇ ਕੌਣ ਹੈ ਅਤੇ ਧਮਕੀ ਤੋਂ ਬਾਅਦ ਢੱਡਰੀਆਂ ਵਾਲੇ ਜਵਾਬ ਕੀ ਦਿੱਤਾ ਹੈਗਾ, ਉਹ ਪਹਿਲਾਂ ਉਹ ਸਾਰਾ ਕੁਝ ਸੁਣ ਲਈਏ, ਉਸ ਤੋਂ ਬਾਅਦ ਇਸ ਬਹਿਸ ਨੂੰ ਅੱਗੇ ਵਧਾਵਾਂਗੇ। ਇਹ ਜੇ ਆਪਣੇ ਆਪ ਨੂੰ ਸਿੰਘ ਖਵਾਉਂਦਾ ਵਾ ਤੇ ਫਿਰ ਸ਼ਰੇਆਮ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵੇ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਗਾ, ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦਾ, ਉਹ ਗੁਰੂ ਕਾ ਸਿੱਖ ਨਹੀਂ ਗਾ। ਇੱਕ ਪਾਸੇ ਕਹਿੰਦਾ ਮੈਂ ਖੰਡੇ ਬਾਟੇ ਨਾਲ ਅੰਮ੍ਰਿਤ ਛਕਾਉਣਾ ਵਾ, ਆਪ ਇਹਨੇ ਕਿੱਥੋਂ ਅੰਮ੍ਰਿਤ ਛਕਿਆ ਵਾ? ਇਹ ਉਹਨਾਂ ਪੰਜਾਂ ਪਿਆਰਿਆਂ ਦੇ ਨਾਂ ਦੱਸੇ ਜਿਹਨਾਂ ਕੋਲ ਅੰਮ੍ਰਿਤ ਛਕਿਆ। ਜੇ ਇਹਨਾਂ ਆਪਣੀਆਂ ਕੁੱਝੀਆਂ ਹਰਕਤਾਂ ਤੋਂ ਬਾਜ ਨਾ ਆਇਆ ਤੇ ਇਹਨੂੰ ਚਾਟਾ ਛਕਾਵਾਂਗੇ। ਨਿਹੰਗ ਸਿੰਘ ਜਿਸ ਤਰ੍ਹਾਂ ਮਿਰਚਾਂ ਵਾਲੀ ਬੋਰੀ 'ਚ ਪਾ ਕੇ ਸਲੋਤਰ ਫੇਰਦੇ ਆ ਨਾ, ਇਹ ਢੱਡਰੀਆਂ ਵਾਲਿਆ ਬੰਦਾ ਬਣ ਜਾ, ਸੁਧਰ ਜਾ, ਚੰਗਾ ਰਹੇਗਾ। ਇਹ ਕਹਿੰਦੇ ਜਿੱਦੜ ਭੰਬਕੀਆਂ ਤੋਂ ਅਸੀਂ ਨਹੀਂ ਉਹ ਕਦੀ ਡਰੇ, ਜਿਹੜਾ ਤੂੰ ਪੁਲਿਸ ਦੇ ਸਿਰ 'ਤੇ ਤਿੜਦਾ ਨਾ। ਅੱਗੇ ਕਿਹੜਾ ਅਸੀਂ ਕਦੀ ਪੁਲਿਸ ਵੇਖੀ ਨਹੀਂ ਜਾਂ ਪੁਲਿਸ ਨਹੀਂ ਸਾਨੂੰ ਜਾਣਦੀ, ਜਾਂ ਅਸੀਂ ਨਹੀਂ ਕਦੀ ਸਾਡੇ ਨਾਲ ਸਾਰਾ ਕੁਝ ਤੇਰੇ ਵਰਗੇ ਟੋਟਾ ਨੇ ਕਰਵਾਇਆ ਵਾ। ਆਪਣੀਆਂ ਹਰਕਤਾਂ ਨੂੰ ਬਾਜ ਆ ਜਾ, ਅਕਾਲ ਤਖਤ ਸਾਹਿਬ ਪੇਸ਼ ਹੋ ਤੇ ਗੁਰੂ ਕੇ ਪੰਥ ਕੋਲ ਮਾਫ਼ੀ ਮੰਗ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਜਿੱਥੇ ਇਹਦਾ ਕੰਜਰਖਾਨਾ ਲੱਗਦਾ ਹੈ ਦੀਵਾਨ ਨਹੀਂ ਗਾ, ਇਹਦਾ ਜਿੱਥੇ ਕੰਜਰਖਾਨਾ ਲਾਉਂਦਾ ਇਹ ਸਾਰੀ ਸਿੱਖ ਪੰਥ, ਸਾਰਾ ਜਗਤ, ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ ਸਾਰੀਆਂ ਨੂੰ ਬੰਦ ਕਰਾਓ, ਸਾਰੇ ਸਿੱਖ ਸਿੱਖ ਦਾ ਫਰਜ਼ ਬਣਦਾ ਘਰ ਪ੍ਰਤੀ, ਇਹਦਾ ਖਿਲਾਫ਼ ਕਰੋ। ਇਹਦੇ ਜੋ ਵੀ ਵੀਡੀਓ ਇਹਦੇ ਖਿਲਾਫ਼ ਪਾਈਆਂ ਜਾਂਦੀਆਂ ਪਾਓ, ਤੇ ਇਹ ਗੁਰੂ ਕਾ ਸਿੱਖ ਨਹੀਂ ਗਾ, ਇਹ ਔਰੰਗਜ਼ੇਬ ਦੀ ਔਲਾਦ ਦੇ ਵਿੱਚੋਂ ਆ। ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ? ਤਰਨ ਤਾਰਨ ਸਾਹਿਬ ਪ੍ਰੋਗਰਾਮ ਰੱਖਿਆ ਗਿਆ, ਪ੍ਰਸ਼ਾਸਨ ਨੇ ਮੈਨੂੰ ਕਿਹਾ ਭਾਈ ਸਾਹਿਬ ਇਹ ਗੁੰਡੇ ਬੰਦੇ ਆ, ਇੱਕ ਮੱਝ ਲਿਬੜੀ ਆ, ਆਪਾਂ ਸਿਆਣੇ ਬਣੀਏ, ਮੈਂ ਉੱਥੇ ਨਹੀਂ ਗਿਆ, ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਗਿਆ, ਛੱਡੋ ਭਾਈ ਸਾਹਿਬ ਤੁਸੀਂ ਉਹੀ ਰਹਿਣ ਦਿਓ ਜੀ, ਇਹ ਤਾਂ ਗੁੰਡੇ ਬੰਦੇ ਆ, ਆਪਾਂ ਹਟ ਗਏ। ਹੁਣ ਗੁਰਦਾਸਪੁਰ ਪ੍ਰੋਗਰਾਮ ਰੱਖਿਆ ਗਿਆ, ਇਹ ਛੱਡੋ ਜੀ, ਪਰ ਐਂ ਤਾਂ ਗੁੰਡੇ ਬੰਦੇ ਆ, ਆਪਾਂ ਸਿਆਣੇ ਬਣੋ, ਆਪਾਂ ਨਹੀਂ ਗਏ। ਹੁਣ ਹੱਦ ਇਸ ਗੱਲ ਦੀ ਹੈ ਕਿ ਅੱਜ ਮਾਝਾ ਛੱਡ ਕੇ ਇਹ ਬੰਦੇ ਮਾਲਵੇ ਵਿੱਚ ਤੁਰੇ ਫਿਰਦੇ ਆ, ਉਹ ਅਜਨਾਲਾ ਜਿਹੜਾ ਬਾਬੇ ਜਰਨੈਲ ਸਿੰਘ ਨੂੰ ਅਜੇ ਤੱਕ ਸ਼ਹੀਦ ਨਹੀਂ ਮੰਨਦਾ, ਤੇ ਕਹੀ ਜਾਂਦਾ ਹੈ ਕਿ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। ਯਾਰ 20 ਸਾਲ ਕੂੜ ਪ੍ਰਚਾਰ ਤੁਸੀਂ ਕਰੋ, ਝੂਠ ਦੁਨੀਆਂ ਭਰ ਦੇ ਤੁਸੀਂ ਬੋਲੇ ਹੈ, ਤੇ ਅੱਜ ਗੱਪ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ, ਤੇ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। 10 ਬੰਦਿਆਂ ਕਰਕੇ 10,000 ਬੰਦਾ ਸੁਣਨਾ ਚਾਹੁੰਦਾ, 20 ਬੰਦੇ ਹੋਵੋਗੇ ਉੱਧਰ 20,000 ਬੰਦਾ ਸੁਣਨਾ ਚਾਹੁੰਦਾ, ਪਰ ਅੱਜ ਤੱਕ ਲੋਕਾਂ ਦੇ ਉੱਤੇ ਦਬਦਬਾ ਰਿਹਾ, ਇੱਦਾਂ ਦੀਆਂ ਧਮਕੀਆਂ ਦਿੰਦੇ ਆ। ਕੱਲ੍ਹ ਵੀ ਇੱਕ ਵੀਡੀਓ ਵੇਖੀ ਹੈ ਜਿਹਦੇ 'ਚ ਕੁਝ ਨਿਹੰਗ ਸਿੰਘ ਇਕੱਠੇ ਹੋ ਕੇ ਕਹਿ ਰਹੇ ਆ, ਇੱਕ ਵੀਡੀਓ ਘੁੰਮਦੀ ਹੈ ਕਿ ਢੱਡਰੀਆਂ ਵਾਲਿਆ ਅਸੀਂ ਬੋਰੀ ਦੇ ਵਿੱਚ ਪਾ ਕੇ, ਮਰਚਾਂ ਵਾਲੀ ਬੋਰੀ ਵਿੱਚ ਪਾ ਕੇ ਸੋਧਾ ਲਾਉਂਦੇ ਹੁੰਦੇ ਹਾਂ, ਐਡਾ ਖੁੱਲ੍ਹ ਕੇ ਧਮਕੀਆਂ ਦੇ ਰਹੀਆਂ, ਕਿੱਥੇ ਗਿਆ ਪ੍ਰਸ਼ਾਸਨ? ਤੇ ਆਹ ਤਾਂ ਸ਼ਰੇਆਮ ਧੱਕਾ ਹੈ। ਹੁਣ ਕੱਲ੍ਹ ਨੂੰ ਕੋਈ 19-21 ਹੋ ਗਈ, ਉੱਥੇ ਕੋਈ ਝਗੜਾ ਹੋ ਗਿਆ, ਫਿਰ ਇਹਨਾਂ ਨੇ ਅਗਰਾਹੀਆਂ ਕਰਨ ਲੱਗ ਜਾਣਾ ਜੀ, ਸਿੰਘਾਂ ਦੀ ਹੁਣ ਮਦਦ ਕਰੋ ਜੀ, ਸਿੰਘਾਂ ਨੇ ਮੋਰਚਾ ਲਾ ਲਿਆ ਜੀ, ਜਦੋਂ ਕਿਤੇ ਉਹ ਦੀਵਾਨ ਰੱਦ ਹੋ ਜਾਂਦੇ ਨੇ ਫਿਰ ਕਹਿੰਦੇ ਲਓ ਜੀ ਸਿੰਘਾਂ ਨੇ ਮੋਰਚਾ ਫਤਿਹ ਕਰ ਲਿਆ। ਮੈਂ ਪੁੱਛਣਾ ਚਾਹੁੰਦਾ ਅਜਨਾਲੇ ਨੂੰ ਵੀ ਤੁਹਾਡੇ ਕੋਲ ਢੱਡਰੀਆਂ ਵਾਲਾ ਹੀ ਮੋਰਚਾ ਹੈ? ਬਹੁਤ ਕੰਮ ਕਰਨ ਵਾਲੇ ਨੇ, ਤੇਰੇ ਸਾਹਮਣੇ ਬਿਆਸ ਦੇ ਕੋਲੋਂ ਲੰਘ ਕੇ ਆਏਗਾ, ਕਿੰਨੇ ਡੇਰੇ ਸਰਸੇ ਵਾਲੇ ਦੇ ਲੰਘਦੇ ਹੈ, ਕਿੰਨਾ ਕੁਝ ਲੰਘ ਕੇ ਆਏ ਹੋ ਤੁਸੀਂ, ਤੇ ਤੁਹਾਨੂੰ ਢੱਡਰੀਆਂ ਵਾਲਾ ਹੀ ਨਜ਼ਰ ਆਉਂਦਾ ਇੱਥੇ? ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਨਾਲ ਜੁੜੇ ਵਿਵਾਦ ਹੱਲ ਕਿਉਂ ਨਹੀਂ ਹੁੰਦੇ।
ਇਸੇ ਸਵਾਲ ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰੁਫ ਕਰਾ ਰਿਹਾ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ, ਹਰਜਿੰਦਰ ਸਿੰਘ ਖਾਲਸਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਨੁਮਾਇੰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਤੁਹਾਡਾ ਬਹੁਤ ਸਵਾਗਤ ਹੈ। ਗੁਰਨਾਮ ਸਿੰਘ ਸਪੋਰਟਰ ਨੇ, ਦਮਦਮੀ ਟਕਸਾਲ ਦੇ, ਯੂਨਾਈਟਡ ਅਕਾਲੀ ਦਲ ਦੇ ਨੁਮਾਇੰਦੇ ਹੈ। ਗੁਰਨਾਮ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਅਮਰਿੰਦਰ ਸਿੰਘ ਸਾਬਕਾ ਮੈਂਬਰ ਨੇ SCPC ਦੇ, ਅਮਰਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਡਿਬੇਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੰਚ ਤੋਂ ਇਹ ਅਪੀਲ ਜ਼ਰੂਰ ਕੀਤੀ ਜਾਂਦੀ ਹੈ ਕਿ ਅਸੀਂ ਕਿਸੇ ਵੀ ਧਿਰ ਵਿੱਚ ਕੋਈ ਵਿਵਾਦ ਨਹੀਂ ਚਾਹੁੰਦੇ, ਨਾ ਉਸ ਵਿਵਾਦ ਦੇ ਵਿਚਾਲੇ ਅਸੀਂ ਉਸ ਵਿਵਾਦ ਨੂੰ ਵਧਾਉਣ 'ਤੇ ਹਾਮੀ ਹੈਗੇ ਹਾਂ। ਨਾਲ ਇਹ ਵੀ ਮੰਚ ਇਹ ਅਪੀਲ ਕਰਦਾ ਹੈਗਾ ਕਿ ਇਸ ਮਸਲੇ ਨੂੰ ਹੋ ਸਕਦਾ ਤੁਸੀਂ ਡਿਬੇਟ ਨਾ ਕਰਦੇ, ਪਰ ਇਹ ਮਸਲਾ ਦਿਨੋਂ ਦਿਨ ਵੱਧਦਾ ਜਾ ਰਿਹਾ, ਇਸ ਕਰਕੇ ਡਿਬੇਟ ਕਰਨੀ ਪੈ ਰਹੀ ਹੈ। ਨਾਲ ਇਹ ਵੀ ਮੰਚ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਨੂੰ ਬਿਆਨ ਸੁਣਾਏ ਹੈਗੇ, ਹੋ ਸਕਦਾ ਕਿ ਉਹਨਾਂ ਬਿਆਨਾਂ ਵਿੱਚੋਂ ਕੁਝ ਕੱਟ ਕੇ ਅਸੀਂ ਤੁਹਾਨੂੰ ਸੁਣਾ ਦਿੰਦੇ, ਪਰ ਤੁਹਾਡੇ ਤੱਕ ਗੱਲ ਪਹੁੰਚਣੀ ਜ਼ਰੂਰੀ ਹੈ। ਇਸ ਲਈ ਵਿੱਚ ਉਹਦੇ ਕੁਝ ਮੰਦੇ ਸ਼ਬਦ ਵੀ ਗਏ ਹੋਣਗੇ, ਉਸ ਲਈ ਇਹ ਮੰਚ ਮਾਫ਼ੀ ਚਾਹੁੰਦਾ। ਅਤੇ ਮੈਂ ਸਾਰੇ ਪੈਨਲ ਨੂੰ ਅਪੀਲ ਕਰਦਾ ਕਿ ਬਹੁਤ ਹੀ ਸੰਜੀਦਗੀ ਨਾਲ ਇਸ ਚਰਚਾ ਨੂੰ ਅੱਗੇ ਵਧਾਇਆ ਜਾਵੇ। ਰਜਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੁੰਗਾ। ਰਜਿੰਦਰ ਸਿੰਘ ਜੀ, ਤੁਸੀਂ ਵੀ ਪ੍ਰਚਾਰ ਕਰਦੇ ਹੋ, ਪਰ ਪ੍ਰਚਾਰਕਾਂ ਨੂੰ ਹੋ ਕੀ ਗਿਆ? ਪ੍ਰਚਾਰਕਾਂ ਨੂੰ ਕੁਛ ਨਹੀਂ ਹੋ ਗਿਆ ਜੀ। ਸੋਚ ਦੋ ਪਾਸੇ ਵੰਡੀ ਗਈ ਹੈ। ਇੱਕ ਜਿਹਨੂੰ ਆਪਾਂ ਮਿਸ਼ਨਰੀ ਵਿਚਾਰਧਾਰਾ ਕਹਿੰਦੇ ਹਾਂ ਜਾਂ ਤਤਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਦੂਸਰੇ ਪਾਸੇ ਸੰਪਰਦਾਈ ਵਿਚਾਰਧਾਰਾ। ਚਾਹੀਦਾ ਤਾਂ ਇਹ ਹੈ ਕਿ ਜਿੱਥੇ ਆਪਸ ਦੇ ਵਿੱਚ ਵਿਵਾਦ ਹੋਵੇ ਉਹਨੂੰ ਸੰਵਾਦ ਵਿੱਚ ਬਦਲ ਕੇ ਆਪਸ 'ਚ ਬੈਠ ਕੇ ਉਹਦੇ ਬਾਰੇ ਵਿਚਾਰ ਕੀਤੀ ਜਾਵੇ। ਲੇਕਿਨ ਜਿਹੜਾ ਤਰੀਕਾ ਸ਼ੁਰੂ ਹੋ ਗਿਆ ਕਿ ਧਮਕੀਆਂ ਦੇਣੀਆਂ ਅਤੇ ਉੱਥੇ ਡਾਂਗਾ ਚੁੱਕ ਕੇ ਪਹੁੰਚ ਜਾਣਾ, ਪ੍ਰੋਗਰਾਮ ਖਰਾਬ ਕਰਨ ਲਈ ਪਹੁੰਚ ਜਾਣਾ, ਜੇ ਕੋਈ ਗੱਲ ਸਾਨੂੰ ਲੱਗਦਾ ਕਿ ਉਹਦੀ ਗੁਰਮਤ ਅਨੁਸਾਰੀ ਨਹੀਂ ਹੈ ਤਾਂ ਅਸੀਂ ਗੁਰਮਤ ਅਨੁਸਾਰੀ ਗੱਲ ਕਰਕੇ ਲੋਕਾਂ ਨੂੰ ਦੱਸੀਏ ਵੀ ਇਹ ਝੂਠ ਬੋਲ ਰਿਹਾ, ਅਸਲ 'ਚ ਗੁਰਮਤ ਅਨੁਸਾਰੀ ਗੱਲ ਇਹ ਹੈ, ਤਰੀਕਾ ਤਾਂ ਇਹ ਹੈ। ਲੇਕਿਨ ਜਿਹੜਾ ਤਰੀਕਾ ਵਰਤਿਆ ਜਾ ਰਿਹਾ ਉਹ ਬੜਾ ਦੁਖਦਾਈ ਹੈ। ਜਿਹੜਾ ਇਹ ਢੱਡਰੀਆਂ ਵਾਲੇ ਦਾ ਵਿਵਾਦ ਹੈ, ਇਹਦੇ ਦੋ ਹਿੱਸੇ ਨੇ, ਇਹ ਅਸਲ 'ਚ ਸਿਰਫ ਇੰਨਾ ਨਹੀਂ ਹੈ। ਇਹਦਾ ਇੱਕ ਤਾਂ ਇਹ ਹੈ ਕਿ ਕੀ ਢੱਡਰੀਆਂ ਵਾਲਾ ਜਿਹੜਾ ਪ੍ਰਚਾਰ ਕਰ ਰਿਹਾ ਉਹ ਠੀਕ ਹੈ ਜਾਂ ਗਲਤ ਹੈ, ਇੱਕ ਭਾਗ। ਦੂਜਾ ਭਾਗ ਇਹ ਹੈ ਕਿ ਜਿਹੜਾ ਅਕਾਲ ਤਖ਼ਤ ਵੱਲੋਂ ਇੱਕ ਕਮੇਟੀ ਬਣਾਈ ਗਈ 5 ਮੈਂਬਰਾਂ ਦੀ, ਉਹਦੇ ਅੱਗੇ ਪੇਸ਼ ਹੋਵੇ, ਉਹਨਾਂ ਨੂੰ ਜਾ ਕੇ ਸਫਾਈ ਦੇਵੇ, ਦੂਜਾ ਉਹ ਹੈ। ਇਹ ਦੋ ਅਲੱਗ ਅਲੱਗ ਵਿਸ਼ੇ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਰੂਪ ਦੇ ਵਿੱਚ ਹੀ ਵੇਖਣਾ ਪਵੇਗਾ। ਲੇਕਿਨ ਜਿਹੜੀ ਧਿਰ ਇਹਦੇ ਵਿਰੋਧ ਕਰ ਰਹੀ ਹੈ ਰਣਜੀਤ ਸਿੰਘ ਦਾ, ਉਹ ਇਹ ਪਲੀ ਲੈਂਦੀ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਗਿਆ ਇਸ ਕਰਕੇ ਜਿਹੜਾ ਇਹ ਗੁਨਾਹਗਾਰ ਹੈ। ਅਕਾਲ ਤਖ਼ਤ ਸਾਹਿਬ ਨੇ ਨਾ ਤਾਂ ਉਹਨੂੰ ਅਜੇ ਤੱਕ ਗੁਨਾਹਗਾਰ ਠਹਿਰਾਇਆ ਅਤੇ ਨਾ ਅਥੋਰਿਟੀ ਹੈ। ਮੈਂ ਇਹ ਵੀ ਕਹਿ ਦਿਆਂ, ਮੈਂ ਉਸ ਗੱਲ ਦੇ ਹਮਾਇਤ ਦੇ ਵਿੱਚ ਨਹੀਂ ਹਾਂ ਕਿ ਉਹ ਉੱਥੇ ਜਾ ਕੇ ਪੇਸ਼ ਹੋਵੇ। ਹਾਂ, ਜੋ ਗੱਲਾਂ ਉਹ ਕਹਿ ਰਹੇ ਨੇ, ਸੰਵਾਦ ਕਿਵੇਂ ਹੋਊਗਾ? ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ, ਤੁਸੀਂ ਕਹਿ ਰਹੇ ਹੋ ਅਰਜਿੰਦਰ ਸਿੰਘ ਜੀ, ਸੰਵਾਦ ਹੋਣਾ ਚਾਹੀਦਾ। ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਸੰਵਾਦ, ਜਿਹੜੇ ਬੰਦੇ ਕਹਿੰਦੇ ਨੇ, ਦੇਖੋ ਇੱਕ ਇੰਡੀਪੈਂਡੈਂਟ ਕੋਈ ਵੀ ਬੰਦੇ ਜਾ ਕੇ ਉਹਦੇ ਨਾਲ ਵਿਚਾਰ ਕਰ ਸਕਦੇ ਨੇ, ਉਹਨੂੰ ਸੱਦ ਸਕਦੇ ਨੇ ਵੀ ਇੱਥੇ ਆ ਕੇ ਸਾਡੇ ਨਾਲ ਵਿਚਾਰ ਕਰ। ਇੱਕ ਅਕਾਲ ਤਖ਼ਤ ਵੱਲੋਂ ਥਾਕੀ ਪੀ ਗਈ ਕਮੇਟੀ, ਉਹਦੇ ਅੱਗੇ ਪੇਸ਼ ਹੋਣ ਵਾਲੀ ਜਿਹੜੀ ਗੱਲ ਹੈ, ਉਹ ਪੇਸ਼ ਹੋਣ ਵਾਲੀ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਹਾਂ। ਲੇਕਿਨ ਆਪਸ ਦੇ ਵਿੱਚ ਬੈਠ ਕੇ ਸੰਵਾਦ ਕਰਕੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਤਰੀਕਾ ਅਪਣਾਇਆ ਸੀ, ਸਿੱਧਾਂ ਕੋਲ ਗਏ, ਉੱਥੇ ਜਾ ਕੇ ਸੰਵਾਦ ਕੀਤਾ। SDPC ਦੀ ਵਿੱਚ ਦਖਲਅੰਦਾਜ਼ੀ ਨਹੀਂ ਚਾਹੀਦੀ ਜਾਂ ਟਕਸਾਲ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ, ਕੋਈ ਇੱਕ ਸਾਂਝੀ ਕਮੇਟੀ ਬਣਨੀ ਚਾਹੀਦੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਸਾਂਝੀ ਵਿਦਵਾਨਾਂ ਦੀ ਕਮੇਟੀ ਬਣ ਜਾਏ, ਵਿਦਵਾਨਾਂ 'ਚ ਬੈਠ ਕੇ ਉਹਦਾ ਫੈਸਲਾ ਹੋਵੇ। ਠੀਕ 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 ਗੁਰਨਾਮ ਸਿੰਘ ਜੀ, ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਤੁਸੀਂ ਇਹ ਨਹੀਂ ਚਾਹੁੰਦੇ? ਦੇਖੋ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸੁਪਰੀਮ ਹੈ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੇ ਸੰਗਤਾਂ ਦੀਆਂ ਅਪੀਲਾਂ ਜਾਂ ਜਥੇਦਾਰ ਜਿਹੜੇ ਮਿਲੇ ਉਹ ਗੱਲਾਂ ਸੁਣੀਆਂ, ਜੇ ਉਹ 'ਤੇ ਉਹਨੂੰ ਪੁੱਛਿਆ, ਉਹ 'ਤੇ ਇਹਨੇ ਗੱਲਬਾਤ ਨਹੀਂ ਕਰਨੀ ਚਾਹੀ, ਹੰਕਾਰ ਦੀ ਗੱਲ ਹੈ, ਨਹੀਂ ਚਾਹੀਦੀ। ਸਿੱਖ ਕੌਮ ਅੱਗੇ ਹੀ ਬਹੁਤ ਫਟੀ ਹੈ, ਬਹੁਤ ਰੌਲੇ ਰੱਪੇ ਪਹਿਲੇ ਹੀ ਬਹੁਤ ਪੈ ਰਹੇ ਆ। ਨਹੀਂ, ਹੁਣ ਤਾਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਗੁਰਨਾਮ ਸਿੰਘ, ਤੁਸੀਂ ਇਸ ਤੋਂ ਪਹਿਲਾਂ ਵੀ ਡਿਬੇਟ ਵਿੱਚ ਆਏ ਸੀਗੇ, ਉਦੋਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਧਮਕੀਆਂ ਨਾਲ ਤਾਂ ਕੋਈ ਹੱਲ ਨਹੀਂ ਨਿਕਲਣਾ ਨਾ? ਧਮਕੀਆਂ ਤਾਂ ਨਹੀਂ, ਜੇ ਤੁਸੀਂ ਧਮਕੀਆਂ ਵਾਲੇ ਨਾਲ ਖੜਦੇ ਹੋ? ਅਸੀਂ ਧਮਕੀਆਂ ਨਾਲ ਨਹੀਂ ਖੜਦੇ, ਅਸੀਂ ਚਾਹੁੰਦੇ ਜੇ ਅਕਾਲ ਤਖ਼ਤ ਸਾਹਿਬ ਨੇ ਸੱਦਿਆ ਜਥੇਦਾਰ ਨੇ ਜਾਂ ਕੋਈ ਬੰਦੇ ਭੇਜਿਆ ਤਾਂ ਉੱਥੇ ਗੱਲਬਾਤ ਕਰਨੀ ਚਾਹੀਦੀ ਹੈ। ਆਖਿਰ ਗੱਲਬਾਤ ਨਾਲ ਹੀ ਗੱਲਬਾਤ ਦਾ ਨਿਬੇੜਾ ਹੁੰਦਾ। ਸੋਰੀ, ਜੇ ਕੋਈ ਗਲਤ ਫਹਿਮੀ ਹੈ ਤਾਂ ਉਹ ਗਲਤ ਫਹਿਮੀ ਕੱਢਣਾ। ਗੱਲ ਸਿਰਫ ਧਮਕੀਆਂ ਦੇਣ ਤੱਕ ਨਹੀਂ, ਉਹਦੇ ਉੱਤੇ ਹਮਲਾ ਹੋ ਚੁੱਕਾ ਹੈ, ਉਹਦੇ ਵਿੱਚ ਇੱਕ ਬੰਦਾ ਮਾਰਿਆ ਜਾ ਚੁੱਕਾ ਹੈ, ਭੁਪਿੰਦਰ ਸਿੰਘ ਦਾ ਸਾਥੀ ਜਿਹੜਾ ਹੈ ਉਹਦਾ ਕਤਲ ਕੀਤਾ ਜਾ ਚੁੱਕਾ ਹੈ। ਨਹੀਂ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹਾਂ ਗੁਰਨਾਮ ਸਿੰਘ, ਜੇ ਕੋਈ ਬੰਦਾ ਕੌਮ ਨੂੰ ਇੱਕ ਪਾਸੇ ਕਰਕੇ, ਹੁਣ ਜੇ ਜਿਵੇਂ ਰਜਿੰਦਰ ਸਿੰਘ ਕਹਿ ਰਿਹਾ ਵੀ ਅਕਾਲ ਤਖ਼ਤ ਦੀ ਕੋਈ ਮਾਨਤਾ ਹੀ ਨਹੀਂ ਰੱਖਦੇ, ਇਹ ਇਸ ਗੱਲ ਦੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਮਾੜੀ ਕੱਲ੍ਹ ਨੂੰ ਚੰਗੀ ਵੀ ਆ ਸਕਦੀ ਹੈ, ਜੋ ਸੰਸਥਾ ਬਣੀਆਂ ਜਾਂ ਸ੍ਰੀ ਅਕਾਲਤਾ ਸਾਹਿਬ ਜੋ ਬਣਿਆ, ਅੱਜ ਦਾ ਹਿੱਦਰ ਮਾੜਾ ਕੱਲ੍ਹ ਨੂੰ ਚੰਗਾ ਆ ਸਕਦਾ ਹੈ। ਅਸੀਂ ਆਪਣੀਆਂ ਸੰਸਥਾਵਾਂ ਨੂੰ ਖਤਮ ਨਾ ਕਰੀਏ, ਆਪਣੇ ਆਪ ਨੂੰ ਵੱਡਾ ਸਮਝੀਏ। ਠੀਕ ਹੈ, ਪਰ ਤੁਸੀਂ ਕੌਮ ਨੂੰ ਇੱਕ ਪਾਸੜ ਕਿਵੇਂ ਫੈਸਲਾ ਕਰ ਸਕਦੇ? ਕੌਮ ਨੂੰ ਇੱਕ ਪਾਸੜ, ਉਹ ਉਹਨਾਂ ਮਗਰ ਤਾਂ ਫੋਲੋਅਰ ਹੀ ਬਹੁਤ ਹੈ। ਕਿਵੇਂ ਫੋਲੋਅਰਾਂ ਨੂੰ ਮਗਰ ਕਿੰਨੇ ਕਾ? ਉਹ ਤਾਂ ਆਪ ਕਹਿੰਦੇ ਪਏ, ਤੁਸੀਂ ਆਪ ਕਹਿੰਦੇ, ਤੁਸੀਂ ਮੰਨਦੇ? ਉਹ ਤਾਂ ਹਮੇਸ਼ਾ ਕਹਿੰਦੇ ਮੇਰੇ ਫੋਲੋਅਰ ਜ਼ਿਆਦਾ, ਇਸ ਕਰਕੇ ਇਸ ਤਰ੍ਹਾਂ ਦਾ ਤਕਲੀਫ ਆ। ਮੋਰਚਾ ਲੱਗਿਆ ਸੀ ਨਾ ਬਰਗਾੜੀ ਦਾ ਮੋਰਚਾ, ਉੱਥੋਂ ਕਿਵੇਂ ਭੱਜਿਆ ਸੀ ਇਹਦੇ ਮਗਰ? ਕਿੰਨੇ ਸੀ ਫੋਲੋਅਰ, ਕਿੱਥੇ ਗਿਆ ਸੀ? ਟੰਡਰੀਆਂ ਵਾਲਾ ਤੇ ਦੂਜਾ ਦੋਵੇਂ ਲੱਗੇ ਸੀ। ਫਿਰ ਤੁਹਾਨੂੰ ਡਰ ਕਿਉਂ ਸਤਾ ਰਿਹਾ? ਫਿਰ ਕੌਮ ਨੂੰ ਵੰਡਣ ਵਾਲੀ ਗੱਲ ਕਿਉਂ? ਕੋਈ ਸਤਾ ਨਹੀਂ ਰਿਹਾ ਡਰ, ਇਹ ਤਾਂ ਹੁਕਮ ਹੈ ਕੁਦਰਤ ਦਾ ਜੋ ਹੋਣਾ ਹੈ। ਡਰ ਕਿਉਂ ਸਤਾ ਰਿਹਾ? ਜੋ ਹੋਣਾ ਅਟਲ ਹੋ ਜਾਣਾ, ਉਹ ਇਹ ਲੱਛਣ ਹੁੰਦੇ ਆ, ਲੱਛਣ ਉਧਰਲੇ ਪਾਸੇ ਜਾ ਰਹੇ ਆ, ਮਾੜੇ ਜਾ ਰਹੇ ਆ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਇਹ ਚੰਗੇ ਨਹੀਂ ਆ ਲੱਛਣ ਜੋ ਹੋ ਰਿਹਾ। ਟੱਡਰੀਆਂ ਵਾਲਾ ਵਿਵਾਦ ਕਿਉਂ ਜੁੜਦੇ ਹੈ? ਇਹ ਕੌਮ ਦੇ ਲਈ ਚੰਗੀ ਗੱਲ ਨਹੀਂ ਹੈਗੀ। ਇਹ ਵਾਰ ਵਾਰ ਇਸ ਮੰਚ ਤੋਂ ਕਹੀ ਜਾਵੇਗੀ, ਪਰ ਕੌਮ ਲਈ ਚੰਗੀ ਗੱਲ ਕਿਹੜੀ ਹੈਗੀ ਹੈ? ਸੰਵਾਦ ਰਚਾਏਗਾ ਕੌਣ ਅਤੇ ਸੰਵਾਦ ਲਈ ਕਮੇਟੀ ਬਣਾਏਗਾ ਕੌਣ? ਸਵਾਲ ਇੱਥੇ ਆ ਕੇ ਰੁਕਦਾ ਹੈਗਾ। ਵਾਪਸ ਆਵਾਂਗੇ ਬ੍ਰੇਕ ਤੋਂ ਬਾਅਦ, ਕੁਝ ਹੋਰ ਸਵਾਲ ਹੋਣਗੇ ਜ਼ਰੂਰ। ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਿੱਖ ਪ੍ਰਚਾਰਕ ਟੱਡਰੀਆਂ ਵਾਲ ਨਾਲ ਜੁੜੇ ਵਿਵਾਦ ਹੱਲ ਕਿਉਂ ਨਹੀਂ ਹੁੰਦੇ? ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਹਾਂਜੀ, ਇਹਨੂੰ ਕੱਲ੍ਹ ਸੰਗਰੂਰ ਦੇ ਇਸ ਪਿੰਡ ਤੱਕ ਸੀਮਤ ਰੱਖ ਕੇ ਹੀ ਦੇਖਿਆ ਜਾਵੇ ਜਾਂ ਇਸ ਦੇ ਪਿਛੋਕੜ ਵਿੱਚ ਜਾਇਆ ਜਾਵੇ ਅਤੇ ਫਿਰ ਡਿਬੇਟ ਅੱਗੇ ਵਧਾਈ ਜਾਵੇ? ਦੇਖੋ, ਇਹ ਮਸਲਾ ਬੜਾ ਸੀਰੀਅਸ ਆ, ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਦੀ ਗਹਿਰਾਈ 'ਚ ਜਾ ਕੇ ਇਸ ਨੂੰ ਸਮਝਣਾ ਪਏਗਾ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਿੱਖਾਂ ਦੇ ਵਿੱਚ ਹੋਈ ਹੈ, ਸਿੱਖਾਂ 'ਚ ਇਸ ਤਰੀਕੇ ਦੀ ਪਹਿਲੀਆਂ ਵੀ ਡਿਵੀਜ਼ਨਸ ਆਈਆਂ, ਸਿੰਘ ਸਭਾ ਵੇਲੇ ਵੀ ਆਈਆਂ, ਸਿੰਘ ਸਭਾ ਲਾਹੌਰ, ਸਿੰਘ ਸਭਾ ਅੰਮ੍ਰਿਤਸਰ, ਇੱਕ ਧੜਾ ਸੀਗਾ ਜਿਹੜਾ ਬੇਦੀ ਸਾਹਿਬ ਦੇ ਨਾਲ ਸੀ, ਖੇਮ ਸਿੰਘ ਬੇਦੀ ਦੇ ਨਾਲ। ਦੂਜਾ ਧੜਾ ਸੀਗਾ ਜਿਹੜਾ ਗੁਰਮੁਖ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਔਰ ਇਸੇ ਤਰੀਕੇ ਨਾਲ ਗਿਆਨੀਦੀਪ ਸਿੰਘ, ਉਹਨਾਂ ਦੇ ਨਾਲ ਸੀਗਾ। ਇਹ ਹਮੇਸ਼ਾ ਹੁੰਦਾ ਰਿਹਾ, ਗੁਰੂਆਂ ਵੇਲੇ ਵੀ ਹੋਇਆ, ਹਰੈਟਿਕਸ ਉਸ ਵੇਲੇ ਵੀ ਸੀਗੇ, ਉਸ ਵੇਲੇ ਗੁਰੂ ਦੇ ਜਿਹੜੇ ਗੁਰੂ ਨੂੰ ਸਮਰਪਿਤ ਸੀ ਉਹ ਵੀ ਸੀਗੇ, ਬਾਣੀ ਨੂੰ ਸਮਰਪਿਤ ਵੀ ਸੀਗੇ, ਦੂਸਰੇ ਪਾਸੇ ਵੀ ਸੀਗੇ। ਹੁਣ ਇਹ ਗੱਲ ਇਹ ਇਕੱਲੇ ਸਿੱਖਾਂ ਦੀ ਨਹੀਂ ਗੱਲ ਹੈ, ਹਿੰਦੂਆਂ ਵਿੱਚ ਵੀ ਇਹ ਚੀਜ਼ਾਂ ਹੋਈਆਂ, ਵੇਦਾਂ ਤੋਂ ਬਾਅਦ ਉਪਨਿਸ਼ਦ, ਇਸੇ ਤਰੀਕੇ ਦੇ ਨਾਲ ਰੋਮਨ ਕੈਥੋਲਿਕਸ ਅਤੇ ਪ੍ਰੋਟੈਸਟੈਂਟਸ ਜਿਹੜੇ ਕ੍ਰਿਸਚਨਸ ਦੇ ਵਿੱਚ ਹੋਰ 65 ਸੈਕਟ ਆ, ਤੋ ਸਾਰੇ ਬਿਆਸ ਵਾਲੇ, ਇੱਕ ਆਗਰੇ ਵਾਲੇ ਆ, ਇੱਕ ਇੱਥੇ ਰਾਧਾ ਸਵਾਮੀ, ਇੱਕ ਬਿਆਸ ਵਾਲੇ ਆ, ਸਾਰੇ ਧਰਮਾਂ ਦੇ ਵਿੱਚ ਇਸ ਕਿਸਮ ਦੇ ਵਿਕਰੇਵੇਂ ਹੁੰਦੇ ਆ। ਕਿਸ ਗੱਲ 'ਤੇ ਹੁੰਦੇ ਆ? ਇਹ ਗੱਲ ਸਮਝਣ ਵਾਲੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਆ। ਇੱਕ ਤਾਂ ਹੈਗੀ ਹੈ ਜਿਹੜੀ ਰੈਸ਼ਨਲਿਜ਼ਮ ਦੇ ਬੇਸਿਸ ਦੇ ਉੱਤੇ ਕਿਸੇ ਧਰਮ ਨੂੰ ਅਸੈਸ ਕਰਦੇ ਆ, ਰੈਸ਼ਨੈਲਿਟੀ ਦੇ ਬੇਸਿਸ ਦੇ ਉੱਤੇ, ਫਿਲਾਸਫੀ ਦੇ ਬੇਸਿਸ ਦੇ ਉੱਤੇ। ਇੱਕ ਕਰਦੇ ਆ ਜਿਹੜੇ ਸਿਰਫ ਫੇਥ ਦੇ ਆਧਾਰਿਤ ਹੋ ਕੇ ਉਹ ਮਤਲਬ ਆਪਣੇ ਧਰਮ ਨੂੰ ਮਨਾਉਂਦੇ ਆ। ਹੁਣ ਇਹ ਜਿਹੜਾ ਦੋ ਮਤਲਬ ਡਿਵੀਜ਼ਨ ਸਿੱਖਾਂ ਦੇ ਵਿੱਚ ਆਈਆਂ, ਮੈਂ ਸਮਝਦਾ ਇਹਨਾਂ ਦਾ ਇੱਕ ਸਲਿਊਸ਼ਨ ਹੈ, ਸੰਵਾਦ। ਕਿਸ ਤਰ੍ਹਾਂ ਸੰਵਾਦ ਹੋਏਗਾ? ਸੰਵਾਦ ਬੋਲਣ ਨਾਲ ਨਹੀਂ ਹੋਣਾ। ਜਿਸ ਤਰੀਕੇ ਨਾਲ ਸਿੰਘ ਸਭਾ ਦੇ ਲੀਡਰਾਂ ਨੇ ਉਸ ਸੰਵਾਦ ਨੂੰ ਸੋਲਵ ਕੀਤਾ, ਉਸ ਵੇਲੇ ਦੇ ਡਿਫਰੈਂਸਿਸ ਨੂੰ, ਉਸੇ ਤਰੀਕੇ ਨਾਲ ਹੋਣਾ। ਕਿਸ ਤਰ੍ਹਾਂ ਹੋਣਾ? ਰਿਟਨ ਵਰਡ ਦੇ ਨਾਲ, ਲਿਖੇ ਹੋਏ ਸ਼ਬਦ ਦੇ ਨਾਲ। 65 ਕਿਤਾਬਾਂ ਗਿਆਨੀਦੀਪ ਸਿੰਘ ਨੇ ਲਿਖੀਆਂ, ਇਸੇ ਤਰੀਕੇ ਨਾਲ ਖੇਮ ਸਿੰਘ ਬੇਦੀ ਦੇ ਉਹਨਾਂ ਦੇ ਪੈਰੋਕਾਰਾਂ ਨੇ ਵੀ ਕਿਤਾਬਾਂ ਲਿਖੀਆਂ, ਅਖਬਾਰ ਉਹਨਾਂ ਨੇ ਵੀ ਛਾਪੇ, ਅਖਬਾਰ ਇਹਨਾਂ ਨੇ ਵੀ ਪੈਂਫਲੇਟ ਛਾਪੇ, ਸਭ ਕੁਛ ਹੋਇਆ। ਲਿਟਰੇਚਰ ਇੰਨਾ ਜ਼ਿਆਦਾ ਉਹਨਾਂ ਨੇ ਅੱਗੇ ਰੱਖ ਦਿੱਤਾ ਪੰਥ ਦੇ ਅੱਗੇ, ਪੰਥ ਦੇ ਵਿਰੋਧੀਆਂ ਦੇ ਨਾਲ ਵੀ ਝਗੜੇ ਹੋਏ ਆ, ਹਿੰਦੂਆਂ ਨਾਲ ਵੀ ਝਗੜੇ ਹੋਏ ਆ, ਇਸੇ ਤਰੀਕੇ ਨਾਲ ਮੁਸਲਮਾਨਾਂ ਨਾਲ ਵੀ ਉਸ ਵੇਲੇ ਹੋਏ ਆ, ਇਸੇ ਤਰੀਕੇ ਨਾਲ ਕ੍ਰਿਸਚਨਸ ਨਾਲ ਹੋਏ ਆ ਉਸ ਵੇਲੇ। ਤੋ ਇਹ ਸਾਰੀ ਜਿਹੜੀ ਸੈਟਲਮੈਂਟ ਹੋਣੀ ਆ, ਬੋਲਣ ਨਾਲ ਕੀ ਹੁੰਦਾ? ਬੋਲ ਤਾਂ ਤੁਸੀਂ ਚਲੇ ਗਏ, ਬੋਲ ਕੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਨਾ, ਮੈਂ ਇਹਨੂੰ ਕਲਿੰਚ ਕਰਨਾ ਚਾਹੁੰਦਾ। ਬੋਲੋ, ਜੋ ਪੁਆਇੰਟ ਆਫ ਵਿਊ ਸਿੱਖਿਜ਼ਮ ਦੇ ਉੱਤੇ ਭਾਈ ਰਣਜੀਤ ਸਿੰਘ ਦਾ ਹੈ, ਉਹ ਆਪਣਾ ਸਾਰਾ ਜੋ ਪੁਆਇੰਟ ਆਫ ਵਿਊ ਆ ਉਸਨੂੰ ਇੱਕ ਲਿਟਰੇਚਰ ਦੇ ਫਾਰਮ ਦੇ ਵਿੱਚ ਪੰਥ ਦੇ ਅੱਗੇ ਸਿੱਟ ਦੇ। ਇਸੇ ਤਰੀਕੇ ਨਾਲ ਜੋ ਪੁਆਇੰਟ ਆਫ ਵਿਊ ਦਮਦਮੀ ਟਕਸਾਲ ਦਾ ਜਾਂ ਨਿਹੰਗਾਂ ਦਾ ਹੈਗਾ, ਉਹ ਸਾਰਾ ਪੁਆਇੰਟ ਆਫ ਵਿਊ ਲਿਖ ਕੇ ਕਿਸੇ ਕਿਤਾਬ ਦੀ ਫੋਰਮ ਦੇ ਵਿੱਚ, ਕਿਸੇ ਲਿਟਰੇਚਰ ਦੇ ਵਿੱਚ ਸਿੱਖ ਪੰਥ ਨੂੰ ਸਮਰਪਿਤ ਕਰ ਦੇਣ। ਸਿੱਖ ਪੰਥ ਫੈਸਲਾ ਕਰੇ ਕਿਹੜਾ ਸਿੱਖੀ ਨੂੰ ਮਤਲਬ ਸੁਹਿਰਦਾ, ਸਿੱਖੀ ਨੂੰ ਸਮਰਪਿਤ ਆ, ਕਿਹੜਾ ਸਿੱਖੀ ਦੇ ਖਿਲਾਫ। ਪੰਥ ਦੇ ਅੱਗੇ ਸਾਰਾ ਲਿਟਰੇਚਰ ਆ ਜਾਵੇ, ਤਾਂ ਕਿਉਂਕਿ ਜੇ ਬੋਲੋਗੇ ਤੁਸੀਂ ਉਸ ਦੇ ਵਿੱਚ ਤੁਸੀਂ ਮੁਕਰ ਸਕਦੇ ਹੋ, ਉਸ ਦੇ ਤੁਸੀਂ ਡਿਫਰੈਂਟ ਜਿਹੜਾ ਰਿਟਨ ਵਰਡ ਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਡਾ ਢਿੱਲੋ, ਤੁਹਾਡੇ ਵਰਗੇ ਬੁੱਧੀਜੀਵੀ ਬਹੁਤ ਇਸ ਦੁਨੀਆਂ ਵਿੱਚ ਹੋਣਗੇ ਜਿਨ੍ਹਾਂ ਨੇ ਇਹਨਾਂ ਤੇ ਕੰਮ ਕੀਤਾ ਹੋਊਗਾ। ਹਾਂ, ਤੁਸੀਂ ਵੀ ਬੜਾ ਕੰਮ ਕੀਤਾ, ਮੈਂ ਇਸੇ ਤੇ ਕੰਮ ਕੀਤਾ, ਤੁਸੀਂ ਇਸ ਤੇ ਕੰਮ ਕੀਤਾ ਹੋਇਆ। ਤੁਹਾਨੂੰ ਇਹਨਾਂ ਦੋਨਾਂ ਧਿਰਾਂ ਦੇ ਵਿਚਾਲੇ ਵਿਵਾਦ ਵੱਡਾ ਕਰਨ ਵਾਲੀ ਧਿਰ ਕਿਹੜੀ ਲੱਗਦੀ ਹੈ? ਦੇਖੋ, ਵਿਵਾਦ ਵੱਡਾ ਜਦੋਂ ਝਗੜਾ ਹੋ ਜਾਂਦਾ, ਉਸ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦਾ ਵੀ ਆਹ ਦੋਸ਼ੀ ਹੈ ਜਾਂ ਉਹ ਦੋਸ਼ੀ ਹੈ। ਝਗੜਾ ਜਦੋਂ ਲੜਾਈ ਹੋ ਰਹੀ ਹੈ ਆਪਸ ਦੇ ਵਿੱਚ, ਉਹਦੇ ਵਿੱਚ ਕੋਈ ਰੀਜ਼ਨ ਅਤੇ ਲੌਜਿਕ ਤਾਂ ਰਹਿੰਦਾ ਹੀ ਨਹੀਂ। ਤੋ ਇਸ ਕਰਕੇ ਜ਼ਰੂਰੀ ਆ
कि मतलब सारी दी सारी जिहड़ी जिन्ना भी पॉइंट ऑफ व्यू आ ढड्डरियां वाले दा हुण दसम ग्रंथ है एक बहुत मेजर इशू ऑफ डिस्प्यूट बिटवीन द टू ग्रुप्स एक ग्रुप आ जिहड़ा वह मनदा कि जिस तरह दमदमी टकसाल आ वह मनदी आ कि दसम ग्रंथ गुरु गोबिंद सिंह महाराज की लिखत आ दूसरे पासे जिहड़े ढड्डरियां वाले आ वह नहीं मनदे इस गल नूं तो गल ये आ जिहड़ी दस जिहड़ी दमदमी टकसाल आ उन्हां दे जो भी फॉलोअर्स आ जो उन्हां दे नाल दे ग्रुप दे बंदे आ वह एक ऐसा डाकूमेंट लिख के दे देण ਜਿਹਦੇ ਵਿੱਚ ਕੋਈ ਕਨਵਿਕਸ਼ਨ ਵੀ ਹੋਵੇ ਜਿਨ੍ਹਾਂ ਦੇ ਵਿੱਚ ਲੌਜਿਕ ਵੀ ਹੋਵੇ ਜਿਨ੍ਹਾਂ 'ਚ ਰੀਜ਼ਨ ਵੀ ਹੋਵੇ ਮੈਂ ਵਾਪਸ ਆਊਂਗਾ ਤੁਹਾਡੇ ਕੋਲ ਹਾਂ ਵਾਪਸ ਆਊਂਗਾ ਤੁਹਾਡੇ ਕੋਲ ਅਮਰਿੰਦਰ ਸਿੰਘ ਇਹ ਅਰਜਿੰਦਰ ਸਿੰਘ ਹਰਾ ਨੇ ਵੀ ਗੱਲ ਕਹੀ ਹੈ ਅਤੇ ਡਾਕਟਰ ਲੋਹਰਾ ਨੇ ਵੀ ਕਿਹਾ ਡਾਕਟਰ ਲੋਹਰਾ ਕਹਿੰਦੇ ਕਿ ਵੀ ਸਾਨੂੰ ਲਿਖ ਕੇ ਗੱਲ ਕਰਨੀ ਚਾਹੀਦੀ ਹੈ ਇਹ ਕਹਿ ਰਿਹਾ ਕਿ ਸਾਂਝੀ ਕਮੇਟੀ ਬਣਨੀ ਚਾਹੀਦੀ ਵਿਦਵਾਨਾਂ ਦੇ ਆਧਾਰਿਤ ਕਿਸੇ ਧਿਰ ਦੀ ਕਮੇਟੀ ਨਹੀਂ ਬਣਨੀ ਚਾਹੀਦੀ ਤੁਸੀਂ ਐਸ ਡੀ ਪੀ ਸੀ 'ਚ ਰਹੇ ਹੋ ਇੰਨੀ ਦੇਰ ਕਿ ਇਹੋ ਜਿਹੀ ਕਮੇਟੀ ਫੋਰਮ ਹੋ ਸਕਦੀ ਹੈ ਜਿਹੜੀ ਸਾਂਝੀ ਕਮੇਟੀ ਜਿਹੜੀ ਸਾਂਝੀ ਵਾਲਤਾ ਦੀ ਗੱਲ ਕਰੇ ਜਿਹੜੀਆਂ ਦੋਵਾਂ ਧਿਰਾਂ ਨੂੰ ਬਿਠਾ ਕੇ ਸੰਵਾਦ ਕਰਾ ਸਕੇ ਲਿਖਤੀ ਤਾਂ ਬਾਅਦ ਹੋ ਜੂਗਾ ਪਹਿਲਾਂ ਇੱਕ ਵਾਰੀ ਤਾਂ ਟਕਰਾਅ ਤਾਂ ਰੋਕਣਾ ਨਾ ਦੇਖੋ ਗਿੱਬੀ ਜੀ ਮੈਂ ਮੰਨਦਾ ਹਾਂ ਕਿ ਜਿਹੜੇ ਡਿਸਪਿਊਟਸ ਕਿਸੇ ਵੀ ਆਪਣਾ ਸੈਕਸ਼ਨ ਆਫ ਸੁਸਾਇਟੀ ਦੇ ਵਿੱਚ ਪਾਏ ਜਾਂਦੇ ਹੈ ਉਹਦੇ ਪਿੱਛੇ ਕੋਈ ਨਾ ਕੋਈ ਹਿਡਨ ਹੈਂਡ ਹੁੰਦਾ ਇਹ ਸਾਨੂੰ ਸਾਹਮਣੇ ਦਿਖ ਰਿਹਾ ਕਿ ਇੱਕ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਇੱਕ ਪਾਸੇ ਅਮਰੀਕ ਸਿੰਘ ਹੈ ਖਾਲੀ ਇਹ ਨਹੀਂ ਇਹਨਾਂ ਦੇ ਪਿੱਛੇ ਤਾਕਤਾਂ ਖੜੀਆਂ ਕਿਹੜੀਆਂ ਤਾਕਤਾਂ ਖੜੀਆਂ ਦੋਨਾਂ ਦੇ ਪਿੱਛੇ ਵੋਟਾਂ ਦੀ ਪੋਲਰਾਈਜੇਸ਼ਨ ਹੈ ਹਾਂ ਕਿ ਬਈ ਜਿਹੜਾ ਸਿੱਖਾਂ ਦਾ ਸੈਗਮੈਂਟ ਹੈ ਉਸ ਦੀ ਜਿਹੜੀ ਵੋਟ ਬੈਂਕ ਹੈ ਉਹਨੂੰ ਕਿੱਧਰ ਲੈ ਕੇ ਜਾਣਾ ਇਹ ਉਹ ਲੜਾਈ ਚੱਲ ਰਹੀ ਹੈ ਆਪਾਂ ਥੋੜਾ ਕਲੈਰਿਟੀ ਚਾਹੀਏ ਉਹ ਸਾਨੂੰ ਦਿਖ ਨਹੀਂ ਰਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪਿੱਛੇ ਕਿਹੜੀ ਵੋਟ ਬੈਂਕ ਦੀ ਪੋਲਿਟਿਕਸ ਹੈ ਤੇ ਅਮਰੀਕ ਸਿੰਘ ਅਜਨਾਲਾ ਹਰਾਂ ਦੇ ਗਰੁੱਪ ਦੇ ਪਿੱਛੇ ਕਿਹੜੀ ਵੋਟ ਬੈਂਕ ਦੀ ਦੇਖੋ ਇੱਕ ਪਾਸੇ ਹੈਗਾ ਕਿ ਵੀ ਵੋਟ ਬੈਂਕ ਅਕਾਲੀਆਂ ਵਾਲਾ ਆਵੇ ਦੂਜੇ ਪਾਸੇ ਹੈ ਕਿ ਵੋਟ ਬੈਂਕ ਅਕਾਲੀਆਂ ਨੂੰ ਨਾ ਜਾਵੇ ਉਸ ਵੋਟ ਬੈਂਕ ਤੇ ਉੱਥੇ ਲਾਈਨ ਡਰਾ ਕੀਤੀ ਹੋਈ ਹੈ ਬਾਕੀ ਤਾਂ ਸਾਰੀਆਂ ਗੱਲਾਂ ਆਫਟਰ ਥਾਟਸ ਹੈਗਾ ਕਿ ਉਹਨੂੰ ਆਪਾਂ ਨੇ ਅੱਗੇ ਕਿਵੇਂ ਲੈ ਕੇ ਜਾਣਾ ਮੈਂ ਇਹ ਸਮਝਦਾ ਕਿ ਬਈ ਇਹ ਲੜਾਈ ਹੈ ਤੇ ਆਮ ਜਿਹੜਾ ਕਾਮਨ ਸਿੱਖ ਹੈ ਉਹਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਬਈ ਸਾਨੂੰ ਅਸੀਂ ਇਸ ਚੱਕਰ 'ਚ ਨਹੀਂ ਪੈਣਾ ਅਤੇ ਜਿੱਥੇ ਤੱਕ ਗੱਲ ਰਹੀ ਸੰਵਾਦ ਦੀ ਸੰਵਾਦ ਮੈਂ ਸਮਝਦਾ ਕਿ ਵੀ ਦੇਖੋ ਮੈਂ ਪਰਸਨਲੀ ਜਥੇਦਾਰ ਆਪਣਾ ਹਰਪ੍ਰੀਤ ਸਿੰਘ ਜੀ ਨੂੰ ਬਹੁਤ ਹਾਈ ਐਸਟੀਮ 'ਚ ਨਹੀਂ ਲੈਂਦਾ ਲੇਕਿਨ ਉਹਨਾਂ ਦੇ ਕੋਲ ਐਟ ਪ੍ਰੈਜੈਂਟ ਕੋਈ ਆਪਸ਼ਨ ਵੀ ਨਹੀਂ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਮੇਰੇ ਕੋਲ ਤਾਂ ਇਹਨੇ ਆਉਣਾ ਨਹੀਂ ਆਪਣੇ ਢੱਡਰੀਆਂ ਵਾਲੇ ਨੇ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਜੇ ਢੱਡਰੀਆਂ ਵਾਲੇ ਨੂੰ ਉਸ 5 ਮੈਂਬਰੀ ਕਮੇਟੀ 'ਤੇ ਵੀ ਕੋਈ ਇਤਰਾਜ਼ ਹੈ ਉਹ ਕਹਿ ਦੇਵੇ ਵੀ ਮੈਨੂੰ ਇਹ 5 ਨਹੀਂ ਚਾਹੀਦੇ ਮੈਨੂੰ ਡਿਫਰੈਂਟ 5 ਚਾਹੀਦੇ ਮੈਂ ਆਪਣੀ ਜਿਹੜੀ ਪੱਖ ਹੈ ਉਹਨਾਂ ਨੂੰ ਐਕਸਪਲੇਨ ਕਰ ਦਾਂਗਾ ਲੇਕਿਨ ਉਹ ਉੱਥੇ ਨਹੀਂ ਆ ਰਿਹਾ ਉਹ ਵੀ ਉਹਨੂੰ ਡਰਾਈਵ ਕਰ ਰਿਹਾ ਕਿ ਵੀ ਮੈਂ ਇਸ ਪੋਲਰਾਈਜੇਸ਼ਨ ਨੂੰ ਹੋਰ ਅੱਗੇ ਲੈ ਕੇ ਜਾਵਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਤਰਕ ਹੈ ਵਾਰ ਵਾਰ ਕਿ ਦਬਾਅ ਮੇਰੇ 'ਤੇ ਕਿਉਂ ਪਾਇਆ ਜਾ ਰਿਹਾ ਨਹੀਂ ਉਹ ਦੂਜੀ ਧਿਰ ਨੂੰ ਜਾਬਰ ਧਿਰ ਕਹਿੰਦੇ ਆ ਉਹ ਆਪਣਾ ਜਥੇਦਾਰ ਨੂੰ ਉਹ ਚੀਜ਼ ਆਪਣੀ ਉਹਨੂੰ ਜਸਟੀਫਾਈ ਕਰਨਾ ਪਏਗਾ ਕਿ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਵੀ ਉਹ ਸਨੱਬ ਕਰੇ ਇਸ ਗੱਲ 'ਤੇ ਮੈਂ ਉਹਦੇ ਨਾਲ ਸਹਿਮਤ ਹੈ ਕਿ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਜਿਹੜਾ ਗ੍ਰੀਵੈਂਸ ਹੈਗਾ ਉਹ ਬਿਲਕੁਲ ਸਹੀ ਹੈ ਕਿਉਂਕਿ ਉਸ ਦੇ ਇੱਕ ਬਹੁਤ ਨੀਅਰ ਐਂਡ ਡੀਅਰ ਵਨ ਦਾ ਕਤਲ ਕੀਤਾ ਉਹਨਾਂ ਨੇ ਅਤੇ ਉਸ ਦੂਸਰੀ ਪਾਰਟੀ ਨੂੰ ਸਨੱਪ ਕਰਨਾ ਜਥੇਦਾਰ ਦੀ ਪ੍ਰਾਈਮ ਡਿਊਟੀ ਹੈਗੀ ਹੈ ਅਤੇ ਉਸ ਨੂੰ ਜੇ ਉਹਨੂੰ ਟੇਬਲ 'ਤੇ ਲੈ ਕੇ ਆਉਣਾ ਦੋਨੋਂ ਪਾਰਟੀਆਂ ਨੂੰ ਤਾਂ ਉਹਨੂੰ ਇੱਕ ਨਿਊਟਰਲ ਸਟੈਂਡ ਲੈਣਾ ਪਏਗਾ ਅਤੇ ਇਹ ਉਹਨੂੰ ਫੈਸਲਾ ਕਰਨਾ ਪਏਗਾ ਮੈਂ ਮੰਨਦਾ ਠੀਕ ਹੈ ਰਜਿੰਦਰ ਸਿੰਘ ਜੀ ਇਹ ਨਿਊਟਰਲ ਫੈਸਲਾ ਕਿਵੇਂ ਹੋਊਗਾ ਸਵਾਲ ਤਾਂ ਉੱਥੇ ਆ ਕੇ ਫਿਰ ਰੁਕ ਜਾਂਦਾ ਨਾ ਸਿੰਘ ਜੀ ਤੁਸੀਂ ਜਿਹੜੀ ਇੱਕ ਬੇਸਿਕ ਗੱਲ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੋ ਵਿਚਾਰਧਾਰਾ ਬਣ ਗਈਆਂ ਹੁਣ ਇੱਕ ਵਿਚਾਰਧਾਰਾ ਵਾਲੇ ਇਹ ਕਹਿਣ ਕਿ ਮੈਂ ਹੀ ਜੋ ਕਹਿ ਰਿਹਾ ਠੀਕ ਹੈ ਔਰ ਦੂਸਰਿਆਂ ਨੂੰ ਕਹਿਣ ਦਾ ਅਧਿਕਾਰ ਨਹੀਂ ਤੁਸੀਂ ਕਿਸੇ ਦਾ ਕਹਿਣ ਦਾ ਅਧਿਕਾਰ ਥੋੜ੍ਹੀ ਖੋ ਸਕਦੇ ਹੋ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਤੁਸੀਂ ਇਹ ਕਹਿ ਸਕਦੇ ਵੀ ਇਹਨੇ ਇਹ ਗਲਤ ਕਿਹਾ ਸੱਚਾਈ ਇਹ ਹੈ ਨਹੀਂ ਇੱਕ ਫੈਸਲਾ ਜਿਹੜਾ ਸਾਨੂੰ ਵੀ ਥੋੜੀ ਕਲੈਰੀਫਿਕੇਸ਼ਨ ਕਰਨੀ ਪਊਗੀ ਨਾ ਵਿਚਾਰਧਾਰਾ ਤੁਸੀਂ ਦੋ ਕਹਿੰਦੇ ਵੱਖ ਵੱਖ ਬਣ ਗਏ ਉਹ ਕਹਿੰਦੇ ਦੋ ਵੋਟ ਬੈਂਕ ਵਾਲੀ ਪੋਲਿਟਿਕਸ ਆ ਮੈਂ ਉਧਰ ਨਹੀਂ ਜਾ ਰਿਹਾ ਫਿਲਹਾਲ ਪਹਿਲਾਂ ਮੈਂ ਤੁਹਾਡੀ ਵਾਲੀ ਗੱਲ ਕਰਦਾ ਜਿਹੜੀ ਤੁਸੀਂ ਦੋ ਵਿਚਾਰਧਾਰਾ ਦੀ ਗੱਲ ਕੀਤੀ ਹੈ ਜੇ ਦੋ ਵਿਚਾਰਧਾਰਾਵਾਂ ਹੈਗੀਆਂ ਤਾਂ ਇੱਕ ਵਿਚਾਰਧਾਰਾ ਗਲਤ ਤਾਂ ਹੋਊਗੀ ਨਾ ਇੱਕ ਵਿਚਾਰਧਾਰਾ ਧਮਕੀ ਵਾਲੀ ਹੋਊਗੀ ਅਸੀਂ ਕਿਤੇ ਤਾਂ ਖੜੀਏ ਨਾ ਵਿਚਾਰਧਾਰਾ ਗਲਤ ਕਿਹੜੀ ਅਤੇ ਵਿਚਾਰਧਾਰਾ ਧਮਕੀ ਵਾਲੀ ਕਿਹੜੀ ਇਹੀ ਗੱਲ ਹੈ ਮੰਨ ਲਓ ਤੁਹਾਡੀ ਅਤੇ ਮੇਰੀ ਕਿਸੇ ਗੱਲ ਦੇ ਉੱਤੇ ਸਹਿਮਤੀ ਨਹੀਂ ਤੁਸੀਂ ਆਪਣੀ ਗੱਲ ਕਹੋ ਮੈਂ ਆਪਣੀ ਗੱਲ ਕਹਾਂ ਆਹ ਤਿੰਨ ਵੀਰ ਬੈਠੇ ਨੇ ਸੋਚ ਲੈਣਗੇ ਕੌਣਾ ਠੀਕ ਕਰ ਰਿਹਾ ਕੌਣ ਗਲਤ ਕਹਿ ਰਿਹਾ ਜੇ ਮੈਂ ਇਹੀ ਕਹਾਂ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ ਤੇ ਤੁਹਾਨੂੰ ਕਹਿਣ ਦਾ ਅਧਿਕਾਰ ਨਹੀਂ ਤੁਸੀਂ ਜੋ ਕਹਿ ਰਹੇ ਹੋ ਗਲਤ ਕਹਿ ਰਹੇ ਹੋ ਤੇ ਫਿਰ ਇਹ ਤਾਂ ਦੋਨੋਂ ਧਿਰਾਂ ਹੀ ਗਲਤ ਕਹਿ ਰਹੀਆਂ ਧਮਕੀ ਵਾਲੀ ਗੱਲ ਵਿੱਚੋਂ ਛੱਡ ਦਿੰਦਾ ਮੈਂ ਦੋਨੋਂ ਧਿਰਾਂ ਹੀ ਗਲਤ ਕਹਿ ਰਹੀਆਂ ਗਲਤ ਕਹਿ ਰਹੀਆਂ ਨਾਲ ਧਮਕੀ ਦੇ ਰਹੀਆਂ ਨੇ ਵੀ ਤੈਨੂੰ ਕਹਿਣ ਨਹੀਂ ਦੇਣਾ ਨਹੀਂ ਇਹ ਇੱਕ ਚੀਜ਼ ਮੈਨੂੰ ਇੱਕ ਚੀਜ਼ ਸਮਝਾਓ ਦੋਨੋਂ ਧਿਰਾਂ ਗਲਤ ਕਹਿ ਰਹੀਆਂ ਧਮਕੀ ਵਾਲਾ ਛੱਡ ਦਿਓ ਹਿੱਸਾ ਦੋਨੋਂ ਧਿਰਾਂ ਗਲਤ ਨੇ ਪ੍ਰਚਾਰ ਕਰਨ ਦੇ ਮਾਮਲੇ 'ਚ ਨਹੀਂ ਦੋਨੋਂ ਧਿਰਾਂ ਗਲਤ ਨਹੀਂ ਹੈ ਕਿਹੜੀ ਧਿਰ ਗਲਤ ਨਹੀਂ ਇੱਥੇ ਮੈਂ ਇੱਕ ਗੱਲ ਕਹਾਂ ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਰ ਗੱਲ ਨਾਲ ਸਹਿਮਤ ਨਹੀਂ ਹਾਂ ਠੀਕ ਹੈ ਨਾ ਹੀ ਮੈਂ ਉਧਰ ਸੰਪਰਦਾਰੀ ਵਿਚਾਰਧਾਰਾ ਤੋਂ ਤਾਂ ਬਹੁਤ ਦੂਰ ਹਾਂ ਮੈਂ ਲੇਕਿਨ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਵੀ ਹਰ ਗੱਲ ਨਾਲ ਸਹਿਮਤ ਨਹੀਂ ਹਾਂ ਲੇਕਿਨ ਉਹਦਾ ਕਹਿਣ ਦਾ ਅਧਿਕਾਰ ਅਤੇ ਦੂਸਰੇ ਦਾ ਇਹ ਅਧਿਕਾਰ
ਕਿ ਮੈਂ ਤੈਨੂੰ ਕਹਿਣ ਨਹੀਂ ਦੇਣਾ, ਮੈਂ ਤੈਨੂੰ ਮਾਰ ਦਿਆਂਗਾ, ਉਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਕਲੈਰਟੀ ਚਾਹੀਦੀ ਹੈ ਜਦੋਂ ਇੱਥੇ ਮੰਚ 'ਤੇ ਗੱਲਾਂ ਹੋਣਗੀਆਂ, ਮੰਚ 'ਤੇ ਚਰਚਾ ਹੋਵੇਗੀ, ਕਲੈਰਟੀ ਜ਼ਰੂਰੀ ਹੈਗੀ, ਤਾਂ ਹੀ ਤੁਹਾਨੂੰ ਸਮਝ ਆਵੇਗਾ ਕਿ ਵਿਵਾਦ ਅਸਲ ਵਿੱਚ ਹੈ ਕੀ ਹੈਗਾ ਅਤੇ ਇਸ ਵਿਵਾਦ ਨੂੰ ਹੱਲ ਕੌਣ ਨਹੀਂ ਕਰਨਾ ਚਾਹੁੰਦਾ ਗਾ। ਇਹ ਗੱਲ ਦੋ ਵਿਚਾਰਧਾਰਾ ਦੀ ਆਈ ਹੈ ਅਤੇ ਉੱਧਰੋਂ ਦੋ ਸਿਆਸਤ ਦੀ ਜਿਹੜੀ ਧਿਰ ਹੈਗੀ ਆ ਉਹਦੀ ਵੀ ਵਿਚਾਰਧਾਰਾ ਵਿੱਚ ਆ ਗਈ ਹੈਗੀ ਹੈ। ਸਿਆਸੀ ਵਿਚਾਰਧਾਰਾ, ਧਾਰਮਿਕ ਵਿਚਾਰਧਾਰਾ, ਇਸ ਦੇ ਵਿਚਾਲੇ ਧਮਕੀ ਵਾਲੀ ਵਿਚਾਰਧਾਰਾ ਕਹਿੰਦੀ ਹੈਗੀ ਹੈ, ਕਿਉਂਕਿ ਸਿੱਖ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਜਾਂ ਸਰਬੱਤ ਦੇ ਭਲੇ ਦੇ ਫਲਸਫੇ ਦੇ ਵਿੱਚ ਇਹ ਧਮਕੀ ਵਾਲੀ ਵਿਚਾਰਧਾਰਾ ਤਾਂ ਕਿਤੇ ਨਹੀਂ ਲਿਖੀ ਹੋਈ। ਇਹ ਵਿਚਾਰਧਾਰਾ ਨੂੰ ਕੌਣ ਅੱਗੇ ਵਧਾ ਰਿਹਾ, ਸਵਾਲ ਇੱਥੇ ਆ ਕੇ ਵੀ ਰੁਕਦਾ ਹੈਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਵੱਡਾ ਇੱਕੋ ਪੁੱਛ ਰਹੇ ਹਾਂ, ਇਹ ਪੁੱਛ ਰਿਹਾ ਸਿੱਖ ਪ੍ਰਚਾਰਕ ਢੱਡਰੀਆਂ ਵਾਲਾ ਜੁੜੇ ਵਿਵਾਦ ਹੱਲ ਕਿਉਂ ਨਹੀਂ ਹੁੰਦੇ। ਗੁਰਨਾਮ ਸਿੰਘ ਜੀ, ਇਹ ਵਿਵਾਦ ਨੂੰ ਹੱਲ ਕੌਣ ਨਹੀਂ ਕਰਨਾ ਚਾਹੁੰਦਾ? ਵੇਖੋ ਜੀ, ਹੱਲ ਤਾਂ ਜਦੋਂ ਕਿਸੇ ਨੂੰ ਮੰਨਦੇ ਹੀ ਨਹੀਂ, ਆਪਾਂ ਕੋਈ ਸੁਪਰੀਮ ਜੇ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਕਮੇਟੀ ਬਣਾਈ ਉਹਨੂੰ ਨਹੀਂ ਮੰਨਦੇ, ਤਾਂ ਹੱਲ ਕਿਵੇਂ ਹੋਊਗਾ? ਜੇ ਜ਼ਿਆਦਾਤਰ ਅਕਾਲ ਤਖ਼ਤ ਸਾਹਿਬ ਨੇ ਕਮੇਟੀ ਬਣਾ ਤੀ ਵੀ ਭਾਈ ਗੱਲਬਾਤ ਕਰਨ 'ਚ ਕੀ ਇਤਰਾਜ਼ ਹੈ, ਇਹਨੂੰ ਕਿਉਂ ਨਹੀਂ ਗੱਲਬਾਤ ਕਰਦਾ? ਜੇ ਸੱਚਾ ਤਾਂ ਉੱਥੇ ਕਵੇ ਦੱਸੇ, ਇਹ ਗੱਲਬਾਤ ਹੀ ਨਹੀਂ ਕਰਨਾ ਚਾਹੁੰਦਾ ਕਿਸੇ ਨਾਲ, ਅਤੇ ਉਸ ਤਰ੍ਹਾਂ ਮਨ ਮਰਜ਼ੀ ਥੋੜ੍ਹੋ ਵੀ ਗੁਰਬਾਣੀ ਨਹੀਂ। ਵਿਵਾਦ ਇਹ ਹੈਗਾ ਕਿ ਉਹ ਟਕਸਾਲ ਨਾਲੋਂ ਵੱਖ ਹੋ ਗਏ ਰਣਜੀਤ ਸਿੰਘ ਢੱਡਰੀਆਂ ਵਾਲੇ, ਵਿਵਾਦ ਇਸ ਗੱਲ ਦਾ ਮੋਰਚਾ ਲਾਇਆ ਹਿੰਦੁਸਤਾਨ ਦੇ ਖਿਲਾਫ, ਆਰਮੀ ਦੇ ਖਿਲਾਫ, ਉਹਦੇ ਨਾਲ ਕਿਹੜਾ ਖੜਾ ਸੀ? ਉਹਦੀ ਰੀਸ ਇਹ ਕੀ ਕਰ ਸਕਦਾ? ਜੇ ਢੰਡਰੀਆਂ ਨੂੰ ਕਹੀਏ ਵੀ ਇਹ ਉਹਦੀ ਰੀਸ ਕਰੂਗਾ, ਜਾਂ ਉਸ ਟਕਸਾਲ ਦੀ ਰੀਸ ਕਰੂ, ਜਾਂ ਜਿਹੜੇ ਪ੍ਰਚਾਰਕ ਹੈ ਜਿਹੜੇ ਧਰਮ ਦਾ ਕੰਮ ਕਰਦੇ ਆ, ਉਹਦੀ ਥੋੜ੍ਹਾ ਕਰ ਸਕਦਾ? ਟਕਸਾਲ ਖੜੀ ਆ, ਇਹ ਤਾਂ ਉਹਨੂੰ ਪਤਾ ਹੋਣਾ ਖੜੀ ਕਿ ਨਹੀਂ, ਪਰ ਜੋ ਗੁਰਬਾਣੀ 'ਤੇ ਖੜਦਾ ਟਕਸਾਲ ਜੋ ਖੜੂਗੀ, ਕਿਉਂਕਿ ਗੁਰਬਾਣੀ ਦੀ ਜਿਹੜੀ ਗਲਤ ਅਰਥ ਕਰਦਾ, ਗਲਤ ਉਹਨੂੰ ਕਰਦਾ, ਸਾਰੀਆਂ ਚੀਜ਼ਾਂ ਸੇਮ ਹੈ ਨਾ। ਉਹ ਰਣਜੀਤ ਢੱਡਰੀਆਂ ਨੇ ਕਹਿੰਦੇ ਟਕਸਾਲ ਵੱਲੋਂ ਧਮਕੀ ਦਿੱਤੀ ਜਾਂਦੀ ਹੈ, ਇੱਕ ਬੰਦੇ ਦਾ ਕਤਲ ਕੀਤਾ ਜਾਂਦਾ, ਉਹ ਇਲਜ਼ਾਮ ਆ ਜਿਹੜੇ ਉਹ ਇੱਧਰ ਲੱਗਦੇ ਆ, ਉਹ ਕੋਰਟਾਂ 'ਚ ਕੇਸ ਹੋ ਗਿਆ, ਉਸ ਕੇਸ ਚੱਲੀ ਜਾਂਦਾ, ਉਹ ਸੱਚ ਆਪੇ ਨਿਕਲਿਆ ਹੋਊਗਾ ਜਿਹਨੇ ਕੀਤਾ ਕੀਤਾ। ਟਕਸਾਲ ਵੀ ਕਹਿੰਦੀ ਹੈ ਕੂੜ ਪ੍ਰਚਾਰ ਕਰਦੇ ਢੱਡਰੀਆਂ ਵਾਲੇ, ਅਮਰੀਕ ਸਿੰਘ ਅਜਨਾਲਾ ਗਰੁੱਪ ਵੀ ਇਹੀ ਕਹਿ ਰਿਹਾ, ਫਰਕ ਕੀ ਹੈ ਦੋਨਾਂ ਤਰ੍ਹਾਂ ਦੇ? ਇਹਦਾ ਮਤਲਬ ਇਹਨਾਂ ਮੈਂ ਇਕੱਠੇ ਖੜੇ ਆ ਨਾ? ਨਹੀਂ ਨਹੀਂ ਕਹਿਣਾ ਚਾਹੀਦਾ, ਉਹੀ ਤਾਂ ਮੈਂ ਕਹਿ ਰਿਹਾ, ਪ੍ਰਚਾਰ ਜੇ ਤੁਸੀਂ ਦੀਵਾਨ ਲਾਉਣਾ ਸੰਗਤਾਂ ਨੂੰ ਦਿੰਦਾ ਤੇ ਨਿਮਰਤਾ ਦੱਸਦੀ, ਗੁਰਬਾਣੀ ਤਾਂ ਨਿਮਰਤਾ ਦੱਸਦੀ ਹੈ, ਹੋਮ ਅਹੰਕਾਰ ਤਾਂ ਨਹੀਂ ਦੱਸਦੀ। ਜੇ ਹੁਣ ਉਹਨੂੰ ਕੋਈ ਨਹੀਂ ਉਹ ਮੰਨਦਾ, ਤੇ ਗੁਰਬਾਣੀ ਨਿਮਰਤਾ ਹੋਮ ਅਹੰਕਾਰ ਨਹੀਂ ਦੱਸਦੀ, ਫਿਰ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ? ਜੇ ਕੋਈ ਨਾ ਹੀ ਹਟੇ ਫਿਰ ਚਾਰਾ ਕੀ ਆ ਉਹਦਾ, ਅੱਗੇ ਚਾਰਾ ਕੀ ਆ? ਹੋਰ ਢੱਲੋ ਢੱਲੋ, ਮੈਂ ਆ ਰਿਹਾ ਅਰਜਿੰਦਰ ਖਾਲਸਾ, ਇੱਕ ਸਵਾਲ ਪੁੱਛਣਾ ਮੈਂ। ਹਾਂ ਪੁੱਛ ਲਓ। ਸਵਾਲ ਇਹ ਪੁੱਛਣਾ ਮੈਂ ਕਿ ਇਹ ਕਹਿੰਦੇ ਨੇ ਕਿ ਕੂੜ ਪ੍ਰਚਾਰ ਕਰਦਾ ਅਸੀਂ ਨਹੀਂ ਕਰਨ ਦੇਣਾ, ਮੋਹਨ ਭਾਗਵਤ ਰੋਜ਼ ਕਹਿੰਦਾ ਹੈ ਕਿ ਸਿੱਖ ਜਿਹੜੇ ਨੇ ਹਿੰਦੂ ਨੇ, ਉਹ ਕੂੜ ਪ੍ਰਚਾਰ ਨਹੀਂ ਕਰ ਰਿਹਾ, ਉਹਨੂੰ ਅੱਜ ਤੱਕ ਨਾ ਧਮਕੀ ਦਿੱਤੀ ਨਾ ਉਹਦਾ ਕੋਈ ਪ੍ਰੋਗਰਾਮ ਰੋਕਣ ਲਈ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਤਾਬ ਛਾਪੀ ਸਿੱਖ ਇਤਿਹਾਸ, ਜਿਹੜੀ ਕਿ ਕੂੜ ਨਹੀਂ, ਕੂੜ ਤੋਂ ਵੀ ਕਿਤੇ ਅੱਗੇ ਜਾ ਕੇ ਭਰੀ ਪਈ ਹੈ। ਸਿੱਖ ਕੌਮ ਦੀ ਇਸ ਤੋਂ ਵੱਡੀ ਇਨਸਲਟ ਨਹੀਂ ਹੋ ਸਕਦੀ, ਕਿਸੇ ਸਿੱਖ ਗੁਰੂ ਸਾਹਿਬਾਨ ਦੀ ਇਸ ਤੋਂ ਵੱਡੀ ਇਨਸਲਟ ਨਹੀਂ ਹੋ ਸਕਦੀ ਜਿਹੜੀ ਉਹ ਕਿਤਾਬ ਛਾਪੀ। ਉਹਦੇ ਖਿਲਾਫ ਨਾ ਕੋਈ ਧਰਨਾ ਮਾਰਿਆ, ਨਾ ਕੋਈ ਰੋਕਣ ਗਿਆ, ਨਾ ਕੋਈ ਪ੍ਰੋਟੈਸਟ ਹੋਇਆ, ਨਾ ਉਹਨਾਂ ਨੂੰ ਕੋਈ ਧਮਕੀ ਦਿੱਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹਨੂੰ ਬੋਲ ਰਹੇ ਜੀ। ਜਿਹੜੀ ਗੱਲ ਰਜਿੰਦਰ ਖਾਲਸਾ ਜੀ ਨੇ ਕਹੀ ਹੈ, ਇਹ ਸਵਾਲ ਇਸ ਕਰਕੇ ਉੱਠਿਆ ਕਿਉਂਕਿ ਜਦੋਂ ਅਮਰਿੰਦਰ ਸਿੰਘ ਹਰੀ ਕਹਿੰਦੇ ਕਿ ਇਹ ਵੋਟ ਬੈਂਕ ਦੀ ਪੋਲਿਟਿਕਸ ਹੈਗੀ ਹੈ, ਇਹਦਾ ਮਤਲਬ ਇਹੀ ਹੈ ਕਿ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਜਿਹੜੇ ਸਿੱਖ ਕੌਮ ਦੇ ਵਿੱਚ ਸਿੱਧਾ ਇੰਟਰਵਿਊ? ਬਿਲਕੁਲ ਵਿਰੋਧ ਕਰਦੇ। ਕੌਣ ਕਹਿੰਦਾ ਵਿਰੋਧ ਨਹੀਂ ਕਰਦੇ? ਉਹਨਾਂ ਦਾ ਕੋਈ ਸਮਾਗਮ ਰੋਕਿਆ ਤੁਸੀਂ? ਇਹਨਾਂ ਸਵਾਲ ਨਹੀਂ, ਹਾਂ ਭਜਾਇਆ ਕਿੰਨੀ ਵਾਰੀ? ਇੱਥੋਂ ਚੰਡੀਗੜ੍ਹੋਂ ਭਜਾਇਆ ਸੀ ਮੋਹਨ ਭਾਗਵਤ, ਲਾਏ ਦੀਵਾਨ ਬੋਲੇ ਸਿੱਖਾਂ ਕਰਮ ਕਿਵੇਂ ਬੋਲੂਗਾ? ਡਟੇ ਲਓ, ਉਹਦੀ ਕੀ ਜ਼ੋਰ ਤਾਂ ਇੱਥੇ ਆ ਕੇ ਬੋਲ ਜੀ ਇਸ ਤਰ੍ਹਾਂ। ਡਟੇ ਲਓ, ਹੁਣ ਸਵਾਲ ਅਸੀਂ ਧਾਰਮਿਕ ਸਮਾਗਮ ਦਾ ਕਰਦੇ ਪਏ ਸੀ, ਸਵਾਲ ਸਿਆਸੀ ਵਿਚਾਰਧਾਰਾ ਦਾ ਆ ਗਿਆ, ਉਸ ਤੋਂ ਸਵਾਲ ਤੋਂ ਪਾਸੇ ਹੋ ਕੇ ਫਿਰ ਸੰਘ ਦੀ ਵਿਚਾਰਧਾਰਾ ਦਾ ਸਵਾਲ ਵੀ। ਦੇਖੋ ਉਹ ਸੰਘ ਦੀ ਤੁਸੀਂ, ਦੈਟ ਇਜ਼ ਏ ਇਰਰੀਲੇਵੈਂਟ ਕੁਐਸਚਨ, ਇਹਨਾਂ ਦਾ ਡਿਸਪਿਊਟ ਕਿਸ ਚੀਜ਼ ਦਾ, ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਨੂੰ ਐਸਾ ਕੋਈ ਰਿਜ਼ੋਲਵ ਹੋ ਜੇ ਕਿਸੇ ਤਰੀਕੇ ਨਾਲ। ਧਮਕੀਆਂ ਨਾਲ ਇਹ ਰਿਜ਼ੋਲਵ ਨਹੀਂ ਹੋਣਾ, ਔਰ ਧਮਕੀਆਂ ਇਸ ਸੱਭਿਆ ਸਮਾਜ ਦੇ ਵਿੱਚ ਬਿਲਕੁਲ ਹੀ ਨਹੀਂ ਕਰਨੀਆਂ ਚਾਹੀਦੀਆਂ। ਸਾਡਾ ਸੱਭਿਆ ਸਮਾਜ ਆ, ਅਸੀਂ ਦੁਨੀਆਂ ਦੇ ਵਿੱਚ ਪੜ੍ਹੇ ਲਿਖੇ ਹਾਂ, ਅਸੀਂ ਦੁਨੀਆਂ 'ਚ ਵਿਚਰ ਰਹੇ ਹਾਂ, ਆਲ ਓਵਰ ਦੀ ਵਰਲਡ ਸਿੱਖਸ ਆਰ ਨੋਨ, ਮਤਲਬ ਔਰ ਜੇ ਅਸੀਂ ਆਪਸ ਦੇ ਵਿੱਚ ਖੂਨ ਖਰਾਬਾ ਹੋ ਗਿਆ ਤਾਂ ਸਾਡਾ ਕੀ ਰਹੇਗਾ? ਨੁਕਸਾਨ ਸਿੱਖੀ ਦਾ ਹੋਣਾ, ਇਹਨਾਂ 'ਚੋਂ ਕਿਸੇ ਦਾ ਨਹੀਂ ਕੋਈ ਨੁਕਸਾਨ ਨਹੀਂ ਹੋਣਾ, ਮਰ ਜਾਣਗੇ ਦੋ ਚਾਰ ਬੰਦੇ, ਹੋਰ ਕੀ ਹੋ ਜਾਏਗਾ? ਇਸ ਤੋਂ ਬਾਅਦ ਮੈਂ ਸਮਝਦਾ ਧਮਕੀ ਨਹੀਂ ਦੇਣੀ ਚਾਹੀਦੀ, ਵਾਇਲੈਂਸ ਕਰਨੀ ਨਹੀਂ ਚਾਹੀਦੀ, ਬਿਲਕੁਲ ਅਸ਼ਾਂਤੀ ਨਾਲ ਆਪਣਾ ਪੁਆਇੰਟ ਆਫ ਵਿਊ ਰੱਖਣਾ ਚਾਹੀਦਾ, ਔਰ ਸੰਗਤ ਨੂੰ ਛੱਡ ਦੇਣਾ ਚਾਹੀਦਾ ਕਿਸ ਚੀਜ਼ ਨੂੰ ਐਕਸੈਪਟ ਕਰਦੀ ਹੈ, ਕਿਸ ਚੀਜ਼ ਨੂੰ ਰਿਜੈਕਟ ਕਰਦੀ ਹੈ। ਮੈਂ ਤੁਹਾਨੂੰ ਇਹ ਸਾਰੀ ਡਿਬੇਟ ਇੱਥੇ ਹੀ ਨਹੀਂ ਹੈ, ਇਹ ਵਰਡ ਓਵਰ ਡਿਬੇਟ ਚੱਲ ਰਹੀ ਹੈ ਇਸ ਗੱਲ ਦੀ ਕਿ ਤੁਸੀਂ ਮਟੀਰੀਅਲਿਸਟਿਕ ਅੰਡਰਸਟੈਂਡਿੰਗ ਕਰਨੀ ਹੈ ਰਿਲੀਜਨ ਦੀ, ਔਰ ਜਿਹੜੀ ਸਿਰਫ ਰੈਸ਼ਨੈਲਿਟੀ ਦੇ ਬੇਸਿਸ ਦੇ ਉੱਤੇ ਆ,
या तुसी स्पिरिचुअल अंडरस्टैंडिंग जिहड़ी फेथ दे उत्ते बेस्ड है उस दे उत्ते करनी है। ये सिखां जी नहीं, वर्ल्ड ओवर ही सारे रिलीजन दे विच ये सिस्टम तुसी ऑपरेट कर रहा इस वेले दुनिया दे विच। 100% रैशनैलिटी भी ठीक नहीं धर्म के आधार के उत्ते, मैं गल खुले तौर दे रैशनैलिटी कौन कर रहा रैश थोड़ा जिहा देखो थोड़ी देखो जिथे तक इस तरह सरोवर की मतलब निंदा करनी मैं नहीं समझता यह कोई वाजिब गल आ। उन्होंने इस गल नू समझ लेना चाहिए जेड़ा सरोवर गुरुआ ने बनाया, गुरुआ ने उस नू मतलब एस्टेब्लिश किया किसी कारण करके किया, वो हिस्टोरीसिटी हैगी है, वो हुण थोड़े को टाइम नहीं तो मैं वह भी दस सकता। तो इस किस्म की टू मच ऑफ रैशनैलिटी किसी रिलीजन चलती नहीं हैगी। रिलीजन की है, फेथ आ, बिलीफ सिस्टम आ रिलीजन। तो दूसरे पासे जिहड़ा उन्होंने स्टैंड लिया बिल्कुल ही नजायज़ स्टैंड आ, टकसाल का दूसरे नंगा सिंगा का इस किस्म का गाली गलोच करना पब्लिकली प्लेटफार्म के उत्ते आके ये बिल्कुल ही निंदनीय आ, बिल्कुल ही मतलब अनएक्सैप्टेबल आ इन द मॉडर्न वर्ल्ड, इन द वर्ल्ड विच एग्जिस्ट ऑन सर्टन सिविलाइजेशन। तो असी अपने आप को बहुत सभ्य मानते हैं, गुरु के असी फॉलोअर हाँ, और जिसने गुरु ने संवाद किया बड़ी ठरमे दे नाल कीता, सहज दे विच कीता और कन्विंस कीता अपने ओपोनेंट्स नू अपने पॉइंट ऑफ व्यू दे लई। देखो दो चीज़ां बड़ियां इंपॉर्टेंट हुंदियां जिहड़ियां गुरु ने करके दिखाईयां, गुरु नानक ने, एक चीज़ है कंसर्न, दूसरी है रिस्पोंस। गुरु ने उस वेले दी सारी प्रॉब्लम का कंसर्न उन्हें अपने मन दे उत्ते लिया के, अपने सारे मानसिकता दे उत्ते लिया के उस दे उत्ते रिस्पोंस दित्ती है। डिफरेंस ऑफ ओपीनियन तो वह मुगल के नाल भी, मुगल एम्परर के नाल सी, बाबर के नाल सी, बाबर नू जाबर भी कहा, बाबर के उत्ते किन्ने कटाक्ष कटे आ बाणी दे विच। तो लेकिन गुरु ने उसकी रिस्पोंस बड़े दलेराना ढंग नाल दित्ती है, बड़ी स्ट्रोंग दित्ती है, बड़ी इफेक्टिव दित्ती है। गोष्ठियों वाले सिद्धांत है, असीं उधर क्यों नहीं जा रहे? ओही तां मैं कह रहा, इह गल दे उत्ते मैं यही बार बार अपील करदा थोड़े राही, थोड़े स्रोतियां राही और आ बैठे पैनलिस्टां राही, इह दोनों धिरां नूं अपना पॉइंट ऑफ व्यू 200-300-400-500 पेज की किताब अपनी अपने पॉइंट ऑफ व्यू उत्ते लिखनी चाहिए। इन्हों को विद्वान है, इन्हों को साधन है, इन्हों को गाल गलोच बिल्कुल नहीं करना चाहिए। लिख के लिख के पंथ के अगे तुम रख दौ भी आ मेरी विचारधारा है। ऐसे तरह के साडे डिस्प्यूट चले, असी मैकलोड दे नाल टक्कर लई है, उसके पैरल असी किताबा लिख के रख दिया, आपे पंथ ने समझ लिया ठीक है ये गलत है। ये अकाल तख्त साहब वालों तो उन्होंने सीडीज मंगाई जा रही है। हाँ नहीं देखो कमेटी बनाई जा रही है, सीडीज़ कहते मैं देनिया नहीं। मेरी गल सुनो, श्री अकाल तख्त साहब के जथेदार है, वो पढ़े लिखे बंदे है, उन्होंने अपनी विद्वता के आधार के उत्ते इस गल की दोनों तो मंग करनी चाहिए। लो भी तुसी अपना पॉइंट ऑफ व्यू देखो अदालतों च तुसी जाने, मूँह जबानी तो गल्लां होंदियां नहीं, दोनों वकील अपनी अपनी पॉइंट ऑफ व्यू लिख के दे देंदे आ उन्होंने अदालत नूं, अदालत अगे पॉइंट ऑफ व्यू उत्ते फैसला करती है, उस दे उत्ते डिबेट भी हुंदी है। तो अज जरूरत है, बहुत ही ज़्यादा लाजमी तौर पर जरूरत है कि दोनों धिर अपना अपना पूरा पॉइंट ऑफ व्यू लिख के पंथ दे अगे रख देन और पंथ आपे ही फैसला कर लूगा, जिथे पंथ का प्रैशर हो उत्थे श्री अकाल तख्त साहब के जथेदार फैसला दे देंगे। ठीक ठीक है। अमरिंदर सिंह इन्होंने जो सुझाव दिता है, मैं उस सुझाव से भी आऊँगा अखीले सैगमेंट के, उन्होंने प्रशासन बारे क्या ढड्डियां वाले ने कि प्रशासन ने मैनू वार बार ये किया कि उत्थे नहीं समागम करने, हुण माझे तो मालवे च आ गए, मैं माझे जाना छड़ता, इहदा मतलब की है? प्रशासन की धमकी देने वाले शख्स ते कार्रवाई कर सकदा जां इह मसला पंथ नूं आपस में बैठ के निबेड़ना चाहिए? देखो मैं अपना डॉक्टर साहब की गल नाल काफ़ी हद तक सहमत है कि होना चाहिए इदा, अपने अपने पॉइंट ऑफ व्यू नूं रखण अगे, लेकिन यह होना नहीं है क्योंकि जिहड़ियां उन्होंने पिछे फोर्सेज हैं उन्होंने क्योस क्रिएट करना है, दोनों धिर के पिछे जिहड़ियां ताकत लगिया हुई। मैं उस सवाल से आजूंगा, मैं पहले ही कहा मैं उस सवाल से आजूंगा, मेरा सवाल है प्रशासन को इस मामले की कार्रवाई करनी चाहिए? देखो प्रशासन नूं तां धमकियां देना तां गैर कानूनी है ना? बिल्कुल धमकियां देना गैर कानूनी है, लेकिन जे समागम करवाया जा रहा है प्रशासन की परमिशन दे नाल ही हो रहा ना? बिल्कुल मैं तुहाडी गल नाल सहमत है, लेकिन दूजे पासे दूसरे दीआं फीलिंग्स हर्ट करनियां बोल के वह भी गैर कानूनी है ना? आपां नूं दोनों पासे एक लाइन ड्रॉ करनी पैंदी, दोवां धिरां दोवां धिरां ते मुकदमा चलना चाहीदा फिर तां, जिवें तुसीं दस रहे हो। बिल्कुल दोवां धिरां नूं रिस्ट्रेन करना चाहीदा है, दोवां धिरां जद तक रिस्ट्रेन नहीं होणगियां उदों तक पीस नहीं होएगा, ते उह दोनों पासे लगे होए हैं। प्रशासन भी चाहता कि ये मामला की मामला यह कानून दी कचहरियां कानून दी किताबां च जाना चाहिए उलझना चाहिए उत्थे जाके जां पंथ नूं आपस विच मिलना चाहिए? देखो पंथ तो हुण ट्राई कर रहा, जथेदार ने कहा कि चलो तुसीं मेरे कोल नहीं आना, तुसीं मैनूं नहीं रिकोगनाइज करदे, मैं पंज मैंबर कह दिंदा तुहानूं, इह पंजां ते फेथ नहीं है, तुसीं अपने दस दो कि जी इहनां दे विचों आ बंदे चेंज कर दो, उदां वी नहीं उह कर रहे, मतलब उह किते
ਟੇਬਲ ਤੇ ਨਹੀਂ ਆਉਣ ਲਈ ਤਿਆਰ ਹੋ ਰਹੇ। ਸੋ ਇਹ ਮੈਂ ਇਹ ਅਪੀਲ ਕੋਈ ਬੰਦਾ ਨਹੀਂ ਹੈਗਾ ਟੇਬਲ ਤੇ ਲਿਆ ਸਕੇ। ਮੈਂ ਦੇਖੋ ਮੈਂ ਤਾਂ ਦੋਨੋਂ ਧਿਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਥੋੜ੍ਹਾ ਥੋੜ੍ਹਾ ਇੱਕ ਇੱਕ ਸਟੈਪ ਬੈਕ ਕਰੋ ਅਤੇ ਇਸ ਮਾਮਲੇ ਨੂੰ ਆਪਾਂ ਰਿਜ਼ੋਲਵ ਕਰੀਏ ਅਤੇ ਗੁੱਡ ਸੈਂਸ ਪ੍ਰਵੇਲ ਕਰਨੀ ਚਾਹੀਦੀ ਹੈ। ਮੇਰੀ ਤਾਂ ਇਹੀ ਬੇਨਤੀ ਹੈ। ਠੀਕ ਹੈ, ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਪ੍ਰਸ਼ਾਸਨ ਦੇ ਨਾਲ ਇਹ ਮਸਲਾ ਹੱਲ ਹੋਣ ਵਾਲਾ ਨਹੀਂ, ਪੰਥ ਨੂੰ ਬੈਠਣਾ ਪਵੇਗਾ, ਸਿਰ ਜੋੜਨਾ ਪਵੇਗਾ, ਦੋਹਾਂ ਧਿਰਾਂ ਨੂੰ ਥੋੜ੍ਹਾ ਥੋੜ੍ਹਾ ਠਰਮਾ ਵਰਤਣਾ ਪਵੇਗਾ, ਥੋੜ੍ਹਾ ਥੋੜ੍ਹਾ ਪਿੱਛੇ ਹਟਣਾ ਪਵੇਗਾ, ਜਿੱਦ ਛੱਡਣੀ ਪਵੇਗੀ, ਅੜੀ ਛੱਡਣੀ ਪਵੇਗੀ, ਤਾਂ ਹੀ ਮਸਲੇ ਦਾ ਹੱਲ ਹੋ ਸਕਦਾ। ਜੇ ਭੜਕਾਉਣ ਵਾਲੀਆਂ ਡਿਬੇਟਸ ਹੋਣਗੀਆਂ ਜਾਂ ਭੜਕਾਉਣ ਵਾਲੀਆਂ ਇਹ ਸਾਰਾ ਵਰਤਾਰਾ ਸਾਹਮਣੇ ਆਵੇਗਾ ਤਾਂ ਫਿਰ ਜਿਹੜੇ ਪ੍ਰਚਾਰ ਦੇ ਲਈ ਇਹ ਸਾਰੀਆਂ ਧਿਰਾਂ ਲੱਗੀਆਂ ਹੋਈਆਂ ਉਹ ਪ੍ਰਚਾਰ ਨਹੀਂ ਹੋ ਰਿਹਾ, ਅਸਲ ਵਿੱਚ ਫਸਾਦ ਹੋ ਰਿਹਾ ਅਤੇ ਕੌਮ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਜਾਣਾ ਕਿੱਧਰ ਹੈਗਾ। ਜਦੋਂ ਕੌਮ ਨੂੰ ਤੁਸੀਂ ਉਲਝਣ ਵਿੱਚ ਪਾਉਂਦੇ ਹੋ ਇਹਦਾ ਮਤਲਬ ਤੁਹਾਡੀ ਕੋਈ ਨਾ ਕੋਈ ਪਿੱਛੇ ਪੋਲੀਟਿਕਸ ਹੈਗੀ ਆ। ਫਿਰ ਸਵਾਲ ਉੱਥੇ ਆ ਕੇ ਰੁਕਦਾ ਹੈਗਾ, ਪੋਲੀਟਿਕਸ ਕਹਿੰਦੀ ਹੈਗੀ ਹੈ, ਇਸ ਸਵਾਲ ਨੂੰ ਵੀ ਸਮੇਂ ਨਾਲ ਲਾਜ਼ਮੀ ਹੈਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਇੱਕੋ ਪੁੱਛ ਰਹੇ ਹਾਂ, ਸਿੱਖ ਪ੍ਰਚਾਰਕ ਢੱਡੀਆਂ ਵਾਲਾਂ ਜੁੜੇ ਵਿਵਾਦ ਹੱਲ ਕਿਉਂ ਨਹੀਂ ਹੁੰਦੇ? ਗੁਰਨਾਮ ਸਿੰਘ ਜੀ, ਇੱਕ ਬਹੁਤ ਆਮ ਤੌਰ 'ਤੇ ਸਵਾਲ ਕੀਤਾ ਜਾਂਦਾ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਝਗੜਾ ਹੁੰਦਾ ਤਾਂ ਪਰਿਵਾਰ ਦਾ ਮੁਖੀ ਉਸ ਝਗੜੇ ਨੂੰ ਸਮੇਟਣ ਦੀ ਕੋਸ਼ਿਸ਼ ਕਰਦਾ, ਜਾਂ ਪਰਿਵਾਰ ਦੇ ਵਿਚਾਲੇ ਜਿਹਨਾਂ ਝਗੜਾ ਹੁੰਦਾ ਵੱਡਾ ਛੋਟੇ ਕੋਲ ਚਲ ਜਾਂਦਾ ਜਾਂ ਛੋਟਾ ਮਾਫ਼ੀ ਮੰਗ ਲੈਂਦਾ, ਇਹਦੇ ਵਿੱਚ ਵੱਡੇ ਛੋਟੇ ਦੀ ਲੜਾਈ ਕਿੰਨੀ ਕੁ ਵੱਡੀ ਹੈਗੀ ਹੈ? ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈਗਾ ਕੋਈ ਤਾਂ ਹੈ, ਕੋਈ ਇੱਕ ਧਿਰ ਤਾਂ ਸਮਝੇ ਕਿ ਅਸੀਂ ਇਹਦੇ ਕੋਲ ਚੱਲ ਜਾਈਏ, ਉਸ ਤੋਂ ਬਾਅਦ ਜਥੇਦਾਰ ਸਾਹਿਬ ਜਾਂ ਕੋਈ ਹੋਰ ਜਿਹੜਾ ਫੈਸਲਾ ਕਰੂਗਾ ਜਾਂ ਜਿਹੜੀ ਕਮੇਟੀ ਬਣਨੀ ਚਾਹੀਦੀ ਹੈ, ਜਿਹੜੀ ਡਿਮਾਂਡ ਹੈ ਕਿ ਉਸ ਤਰੀਕੇ ਨਾਲ ਗੱਲਬਾਤ ਹੋ ਜੂਗੀ, ਕੋਈ ਧਿਰ ਤਾਂ ਸਮਝੇ। ਵੇਖੋ, ਜਿਸ ਤਰ੍ਹਾਂ ਸ੍ਰੀ ਕਾਲਤਾ ਸਾਹਿਬ ਨੇ ਕਮੇਟੀ ਬਣਾਈ ਸੀ, ਇਹ ਨਹੀਂ ਮੰਨਿਆ ਉਸਨੂੰ, ਇਹ ਦੱਸਦੇ ਵੀ ਆਹ ਮੈਨੂੰ ਬੰਦੇ ਚਾਹੀਦੇ ਆ, ਆਪਦੇ ਬੰਦੇ ਕੁਛ ਡੈਪੂਟੇਸ਼ਨ ਭੇਜ ਦੇ, ਇਹਦਾ ਮਤਲਬ ਕੋਈ ਮਸਲਾ ਤਾਂ ਹੱਲ ਹੋਣਾ, ਐਵੇਂ ਕਿਸੇ ਨੂੰ ਢਿੱਡ ਦਰਦ ਥੋੜ੍ਹਾ ਹੁੰਦਾ। ਜੇ ਗੁਰਬਾਣੀ ਜਿਹੜੀ ਗੁਰੂਆਂ ਵੱਲੋਂ ਸਭ ਕੁਛ ਆਈ ਆ ਉਹਨੂੰ ਅਸੀਂ ਉਲਟਾ ਪਲਟਾ ਕਰੀਏ, ਜਾਂ ਸਾਡੇ ਜਿਹੜੇ ਧਾਰਮਿਕ ਅਦਾਰੇ ਆ, ਸ੍ਰੀ ਦਰਬਾਰ ਸਾਹਿਬ 'ਚ ਹਰਿਮੰਦਰ ਸਾਹਿਬ ਦੇ ਵਿੱਚ ਸਾਡਾ ਸਰੋਵਰ ਹੈ ਜਿੱਥੇ ਹਰ ਇੱਕ ਦਾ ਸ਼ਰਧਾ ਨਾਂ ਹੈ, ਅਸੀਂ ਵੀ ਜਾਂਦੇ ਹਾਂ ਇਸ਼ਨਾਨ ਕਰਦੇ ਹਾਂ, ਉਸ ਨੂੰ ਇਹ ਬੁਰੇ ਲਫ਼ਜ਼ਾਂ 'ਚ ਬੋਲੇ ਜਿਹੜਾ ਕਿ ਆਮ ਬੋਲਿਆ ਗਿਆ, ਫਿਰ ਮੰਨੇ ਵੀ ਨਾ। ਇਸ ਲਈ ਜੇ ਇਹਦੇ ਇਹਨੂੰ ਲੱਗਦਾ ਵੀ ਮੇਰੇ ਨਾਲ ਧੱਕਾ ਹੁੰਦਾ ਤਾਂ ਆਪਦੇ ਨੁਮਾਇੰਦੇ ਕੁਛ ਕਰੇ ਤਾਂ ਗੱਲਬਾਤ ਹੋ ਜਾਵੇ। ਜਦੋਂ ਗੱਲਬਾਤ ਚੱਲ ਗਈ ਆਪੇ ਹਟ ਜਾਣੀ, ਉਹ ਕਿਉਂ ਦੇਣਗੇ? ਜਦੋਂ ਇਹ ਜੇ ਵਿਰੋਧ ਵੀ ਉੱਥੇ ਬੋਲੂਗਾ ਮੈਂ, ਤਾਂ ਹੀ ਵਿਰੋਧ ਨਾ ਹੁੰਦਾ, ਲੜਾਈ ਨਾਲ ਲੜਾਈ ਵੱਧਦੀ ਆ ਨਾ। ਜੇ ਵੀ ਇੱਕ ਕਹੇ ਵੀ ਮੈਨੂੰ ਮੈਂ ਆਪ ਨਹੀਂ ਜਾਣਾ, ਨਾ ਜਾਵੇ, ਆਪਦੀ ਕਮੇਟੀ ਭੇਜ ਦੇ, ਉਹਨਾਂ ਗੱਲਬਾਤ ਕਰੇ, ਗੱਲਬਾਤ ਕਰਕੇ ਉਹ ਹੱਲ ਨਿਕਲ ਸਕਦਾ। ਅਮਰਿੰਦਰ ਸਿੰਘ ਜੀ, ਇੱਦਾਂ ਹੋ ਸਕਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਦੀ ਕੋਈ ਆਪਦੇ ਕੋਈ ਨੁਮਾਇੰਦੇ ਦੱਸਣ ਵੀ ਇਹ ਨੁਮਾਇੰਦੇ ਉਸ ਕਮੇਟੀ ਦੇ ਵਿੱਚ ਸ਼ਾਮਿਲ ਹੋਣੇ ਚਾਹੀਦੇ ਆ, ਉਸ ਤੋਂ ਬਾਅਦ ਗੱਲਬਾਤ ਅੱਗੇ ਤੁਰੇ? ਬਿਲਕੁਲ ਬਿਲਕੁਲ, ਜਿਵੇਂ ਸਿੱਧੂ ਸਾਹਿਬ ਨੇ ਕਿਹਾ, ਇਹਦਾ ਵੇ ਆਊਟ ਇਹ ਹੈ ਕਿ ਠੀਕ ਹੈ ਤੁਸੀਂ ਆਪ ਨਹੀਂ ਮੰਨਦੇ, ਜੇ ਰਣਜੀਤ ਸਿੰਘ ਢੱਡਰੀਆਂ ਵਾਲਾ ਜਥੇਦਾਰ ਨੂੰ ਨਹੀਂ ਮੰਨਦਾ, ਉਹ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਬਣਦਾ, ਉਹ ਆਪਣੇ ਪੰਜ ਮੈਂਬਰ ਕਹਿ ਦੇ ਕਿ ਜੀ ਜਿਹਨੇ ਗੱਲ ਕਰਨੀ ਹੈ ਮੇਰੇ ਪੰਜ ਬੰਦੇ ਇਹਨਾਂ ਨਾਲ ਗੱਲ ਕਰੋ, ਮੇਰੇ ਨਾਲ ਬਾਅਦ 'ਚ ਕਰਿਓ, ਅਤੇ ਕੋਈ ਨਾ ਕੋਈ ਰਸਤਾ ਕੱਢਿਆ ਜਾ ਸਕਦਾ। ਉਹ ਮੈਂ ਇਹ ਸਮਝਦਾ ਕਿ ਵੀ ਇਹ ਇੱਕ ਵੇ ਆਊਟ ਹੈਗਾ ਕਿ ਉਹ ਠੀਕ ਹੈ ਆਪ ਸਾਹਮਣੇ ਨਹੀਂ ਆਉਣਾ ਚਾਹੁੰਦੇ, ਆਪਣੇ ਪੰਜ ਬੰਦੇ ਖੜਾ ਦੇਣ ਕਿ ਜੀ ਪਹਿਲਾਂ ਇਹਨਾਂ ਨਾਲ ਗੱਲ ਕਰੋ ਅਤੇ ਫਿਰ ਮੈਂ ਲੀਡਰ ਸਟੇਜ 'ਤੇ ਮੈਂ ਆਵਾਂਗਾ। ਉਹ ਮਤਲਬ ਕੁਛ ਨਾ ਕੁਛ ਤਾਂ ਇੱਕ ਕਦਮ ਤਾਂ ਅੱਗੇ ਰੱਖਣ ਨਾ ਉਹ, ਅਤੇ ਸਾਰੇ ਮਸਲੇ ਨੂੰ ਹੱਲ ਕਰਨ ਲਈ ਉਹਨਾਂ ਨੂੰ ਪਹਿਲਾਂ ਵੀ ਕਮੇਟੀਆਂ ਬਣ ਕੇ ਗਈਆਂ ਇਹਦੇ ਕੋਲੇ, ਪਰ ਗੱਲ ਨਹੀਂ ਕੀਤੀ, ਬਾਹਰ ਨਹੀਂ ਨਿਕਲਿਆ। ਮੈਂ ਉਹਨਾਂ ਦਾ ਨੁਮਾਇੰਦਾ ਵੀ ਸੱਦਿਆ ਸੀਗਾ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ, ਪਰ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਕੋਲ ਨਹੀਂ, ਸਾਡਾ ਕੋਈ ਸੰਪਰਕ ਹੋ ਸਕਿਆ ਉਹਨਾਂ ਨਾਲ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦਾ। ਡਾਕਟਰ ਢਿੱਲੋਂ, ਇਹ ਚਰਚਾ ਤਾਂ ਉਹ ਸਾਰੇ ਸੁਣਨਗੇ ਜਿਹੜੇ ਇਸ ਕੌਮ ਦੇ ਫਿਕਰ ਕਰਦੇ ਹੈ ਕਿ ਉਹ ਸਾਰਿਆਂ ਨੇ ਸੁਣਨੀ ਹੈਗੀ ਹੈ। ਡਾਕਟਰ ਢਿੱਲੋਂ, ਅਸੀਂ ਪਹਿਲਾਂ ਵੀ ਇਹਨਾਂ 'ਤੇ ਡਿਬੇਟ ਕਰ ਚੁੱਕੇ ਹਾਂ, ਪਰ ਸਵਾਲ ਇਹ ਹੈਗਾ ਕਿ ਹੱਲ ਚਾਹੁੰਦਾ ਕੌਣ ਨਹੀਂ? ਦੇਖੋ, ਇਹ ਹੱਲ ਬਹੁਤ ਮਤਲਬ ਇਸ ਤਰ੍ਹਾਂ ਸਿੰਪਲਿਸਟਿਕ ਨਹੀਂ ਹੈ ਇਹਦੀ ਐਕਸਪਲੇਨੇਸ਼ਨ। ਲੋਕਾਂ ਨੇ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਲਾਈਆਂ ਇਹਨਾਂ ਗੱਲਾਂ ਨੂੰ ਸਮਝਣ ਦੇ ਲਈ, ਉਹਨਾਂ ਨੂੰ ਤੁਸੀਂ ਕੌਨਫੀਡੈਂਸ ਦੇ ਵਿੱਚ ਲਓ, ਦੋਨਾਂ ਧਿਰਾਂ ਨੂੰ ਮੈਂ ਅਪੀਲ ਕਰਨਾ ਤੁਹਾਡੇ ਰਾਹੀਂ। ਹੁਣ ਜਿਸ ਤਰ੍ਹਾਂ ਟੋਟਲ ਰੈਸ਼ਨੈਲਿਟੀ ਦੇ ਉੱਤੇ ਜੇ ਤੁਸੀਂ ਗੱਲ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਨਹੀਂ, ਉਹਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਰੈਸ਼ਨੈਲਿਟੀ ਦੇ ਬੇਸਿਸ ਦੇ ਥੋੜ੍ਹੋ ਅਸੈਸ ਤੁਸੀਂ ਕਰ ਸਕਦੇ ਹੋ। ਕੌਣ ਬੰਦਾ ਮਰਨਾ ਚਾਹੁੰਦਾ? ਲੇਕਿਨ ਬੰਦੇ ਮਰਦੇ ਆ, ਸ਼ਹਾਦਤਾਂ ਦਿੰਦੇ ਆ, ਗੁਰੂ ਦੇ ਨਾਂ ਦੇ ਉੱਤੇ ਦਿੰਦੇ ਆ, ਸ਼ਬਦ ਦੇ ਨਾਂ ਦੇ ਉੱਤੇ ਦਿੰਦੇ ਆ, ਕਿਸੇ ਕਮਿਟਮੈਂਟ ਦੇ ਨਾਂ ਦੇ, ਸਿੱਖਾਂ 'ਚ ਹੀ ਨਹੀਂ ਇਕੱਲੇ, ਮੁਸਲਮਾਨਾਂ 'ਚ ਵੀ ਦਿੰਦੇ ਆ, ਇਸਾਈਆਂ 'ਚ ਵੀ ਦਿੰਦੇ ਆ, ਦੂਸਰੇ ਪਾਸੇ ਵੀ ਦਿੰਦੇ ਆ। ਤਾਂ ਟੋਟਲੀ ਜੇ ਤੁਸੀਂ ਹਰ ਚੀਜ਼ ਨੂੰ ਰੈਸ਼ਨਲ ਬੇਸਿਸ ਦੇ ਉੱਤੇ ਆਧਾਰ ਬਣਾ ਕੇ ਅਸੈਸ ਕਰੋਗੇ ਤਾਂ ਧਰਮ ਨਹੀਂ ਹੈ ਉਹ। ਧਰਮ ਦੇ ਵਿੱਚ ਕੁਛ ਵਿਸ਼ਵਾਸ ਆ, ਫੇਥ ਆ, ਉਸ ਫੇਥ ਦੇ ਵਿੱਚ ਕੋਈ ਹੋਪ ਆ। ਤਾਂ ਇਸ ਕਰਕੇ ਮੈਂ ਸਮਝਦਾ ਢੱਡਰੀਆਂ ਵਾਲੇ ਸਾਹਿਬ ਨੂੰ ਵੀ ਥੋੜ੍ਹੀ ਜਿਹੀ ਬ੍ਰੇਕ ਲਾਉਣੇ ਚਾਹੀਦੇ ਆ ਆਪਣੀ ਜਿਸ ਕਿਸਮ ਦੀ ਇੰਟਰਪ੍ਰੀਟੇਸ਼ਨ ਉਹ ਦੇ ਰਹੇ ਆ ਸਿੱਖ ਕਿਸਮ ਦੀ। ਦੂਸਰੇ ਪਾਸੇ ਉਹ ਤਾਂ ਬਿਲਕੁਲ ਹੀ ਇਰੈਸ਼ਨਲ ਗੱਲ ਕਰ ਰਹੇ ਆ। ਜਿਹੜੀ ਦੂਸਰੀ ਧਿਰਾ ਖਾਸ ਤੌਰ 'ਤੇ ਟਕਸਾਲ ਆ ਜਿਹੜੀ, ਉਹ ਮਤਲਬ ਕੋਈ ਵੀ ਚੀਜ਼ ਰੀਜ਼ਨੇਬਲ ਕਰਦੇ ਹੀ ਨਹੀਂ, ਕੋਈ ਚੀਜ਼ ਸਭਿਆ ਕਰਦੇ ਹੀ ਨਹੀਂ। ਮੈਨੂੰ ਨਹੀਂ ਪਤਾ
ਜਿਹੜਾ ਸੰਤ ਜਰਨੈਲ ਸਿੰਘ ਸੀ ਉਸਨੇ ਟੋਟਲੀ ਟਕਸਾਲ ਨੂੰ ਅੱਗੇ ਰੱਖ ਕੇ ਨਹੀਂ ਲੀਡਰਸ਼ਿਪ ਦਿੱਤੀ, ਉਸਨੇ ਆਪਣੀ ਕੋਈ ਗੱਲ ਨਵੀਂ ਕੀਤੀ, ਡਿਫਰੈਂਟ ਕੀਤੀ, ਉਸਨੇ ਰਹਿਤ ਮਰਿਆਦਾ ਜਿਹੜੀ ਆ ਉਹ ਪੰਥ ਨੂੰ ਪ੍ਰਮਾਣਿਕ ਸੀ ਉਸ ਨੂੰ ਲਿਆ, ਨਾ ਕਿ ਟਕਸਾਲ ਦੀ ਰਹਿਤ ਮਰਿਆਦਾ ਨੂੰ ਲਿਆ। ਤੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਬਹੁਤ ਸਮਝਣ ਦੀ ਲੋੜ ਆ, ਬੜੇ ਸਹਿਜ ਦੇ ਵਿੱਚ ਜਾ ਕੇ ਇਸ ਟਰੰਮੇ ਦੇ ਨਾਲ ਇਸ ਗੱਲ ਨੂੰ ਅਸੈਸ ਕਰਨ ਦੀ ਲੋੜ ਆ। ਔਰ ਸਾਰੀ ਦੁਨੀਆ ਦਾ ਜਦੋਂ ਮਰਿਆਦਾ ਵਾਲਾ ਕੋਈ ਸਵਾਲ ਉੱਠਦਾ ਹੈਗਾ ਤੇ ਸਾਰੇ ਇਹ ਗੱਲ ਤਰਕ ਨਾਲ ਕਹਿੰਦੇ ਆ ਕਿ ਆਲ ਇੰਡੀਆ ਗੁਰਦੁਆਰਾ ਐਕਟ ਆ ਉਹ ਇੱਕ ਇੱਕ ਤਰ੍ਹਾਂ ਦੀ ਮਰਿਆਦਾ ਦਾ ਹੱਲ ਹੈਗਾ। ਤੁਹਾਨੂੰ ਲੱਗਦਾ ਕਿ ਇਸ ਵਿਵਾਦ ਦਾ ਹੱਲ ਵੀ ਆਲ ਇੰਡੀਆ ਗੁਰਦੁਆਰਾ ਐਕਟ? ਦੇਖੋ, ਜਿਹੜੀ ਸਿੱਖ ਚਿੰਤਕਾਂ ਨੇ ਉਸ ਵੇਲੇ ਰਹਿਤ ਮਰਿਆਦਾ ਬਣਾਈ ਉਹ ਕਿਸੇ ਸੋਚ ਵਿਚਾਰ ਦੇ ਨਾਲ ਚਾਹੀ, ਪ੍ਰਮਾਣਿਕ ਉਸ ਵੇਲੇ ਵਿਦਵਾਨ ਸੀ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਹੋਰ ਬੰਦੇ ਸੀ, ਬੜੇ ਸਿਆਣੇ ਸੂਝਵਾਨ ਸਮਝਦਾਰ, ਔਰ ਜਿਨ੍ਹਾਂ ਨੇ ਇਤਿਹਾਸ ਵੀ ਪੜ੍ਹਿਆ ਸੀ, ਜਿਨ੍ਹਾਂ ਨੇ ਧਰਮ ਦੀ ਵੀ ਸਟੱਡੀ ਕੀਤੀ ਸੀ ਔਰ ਸਾਰੇ ਧਰਮਾਂ ਦੀ ਸਟੱਡੀ ਕੀਤੀ ਸੀ, ਉਹਨਾਂ ਨੇ ਇੱਕ ਪ੍ਰਮਾਣਿਕ ਰਹਿਤ ਮਰਿਆਦਾ ਬਣਾ ਦਿੱਤੀ ਸਿੱਖਾਂ ਦੇ ਲਈ। ਉਸ ਨੂੰ ਤੁਸੀਂ ਐਕਸੈਪਟ ਨਹੀਂ ਕਰਦੇ, ਆਪਣੀ ਰਹਿਤ ਮਰਿਆਦਾ ਤੁਸੀਂ ਇੰਪੋਜ਼ ਕਰ ਰਹੇ ਹੋ, ਇਹ ਡਿਵੀਏਸ਼ਨ ਹੈ, ਇਹ ਡਿਪਾਰਚਰ ਆ ਸਿੱਖ ਕਿਸਮ ਤੋਂ। ਸੋ ਦੋਨੇ ਪਾਸੇ ਹੀ ਕੋਈ ਇਸ ਕਿਸਮ ਦੀ ਚੀਜ਼ ਨਹੀਂ ਜਿਹਨੂੰ ਤੁਸੀਂ ਬੈਲੈਂਸ ਕਹਿ ਸਕੋ। ਨਹੀਂ, ਕੋਈ ਐਕਟ ਹੱਲ ਹੈ ਜਾਂ ਸੰਵਾਦ ਹੀ ਹੱਲ ਹੈ? ਨਹੀਂ, ਦੇਖੋ ਸੰਵਾਦ ਹੀ ਹੱਲ ਹੋਏਗਾ, ਰਹਿਤ ਮਰਿਆਦਾ ਵੀ ਸੰਵਾਦ ਦੇ ਵਿੱਚ ਹੀ ਹੱਲ ਹੋਈ ਹੈ, ਉਹ ਕੋਈ ਸੰਵਾਦ ਤੋਂ ਬਾਹਰ ਨਹੀਂ ਹੋਈ। ਉਹਦੇ 'ਚ ਬੈਠ ਕੇ ਸੁਹਿਰਦ ਸਿੱਖਾਂ ਨੇ, ਸੂਝਵਾਨ ਸਿੱਖਾਂ ਨੇ, ਵਿਚਾਰਵਾਨ ਸਿੱਖਾਂ ਨੇ, ਇੰਟੈਲੈਕਚੁਅਲ ਸਿੱਖਾਂ ਨੇ ਬੈਠੇ ਆ, ਉਹਨਾਂ ਨੇ ਆਪਣੀਆਂ ਦਲੀਲਾਂ, ਇੱਕ ਐ ਨਹੀਂ ਵੀ ਉਹ ਬੈਠ ਕੇ ਪੰਜ ਇਹ ਐਕਟ ਵਾਲਾ ਸਵਾਲ ਮੇਰਾ ਨਹੀਂ ਹੈਗਾ, ਇਹ ਸਵਾਲ ਖੜਾ ਕੀਤਾ ਜਾ ਰਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਹੋਵੇ ਤਾਂ ਇਹ ਮਸਲੇ ਨਜਿੱਠੇ ਜਾ ਸਕਦੇ, ਤੁਸੀਂ ਇਸ ਨਾਲ ਇਤਫਾਕ ਰੱਖਦੇ? ਨਹੀਂ, ਇਹ ਮਸਲੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਨਾਲ ਇਹਦਾ ਕੰਸਰਨ ਨਹੀਂ, ਇਹਦਾ ਇੱਕ ਰਹਿਤ ਮਰਿਆਦਾ ਜਿਹੜੀ ਸਿੱਖਾਂ ਨੇ ਬਣਾਈ ਆ ਉਹ ਡਿਫਰੈਂਟ ਚੀਜ਼ ਆ, ਉਹ ਐਕਟ ਦੇ ਅੰਡਰ ਨਹੀਂ ਆਉਂਦੀ ਹੈਗੀ, ਉਹ ਸਿੱਖਾਂ ਦੀ ਆਪਣੀ ਪ੍ਰਮਾਣਿਕ ਬਣਾਈ ਹੋਈ ਆ ਔਰ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸੈਪਟ ਕੀਤਾ। ਤੋ ਉਹ ਮੇਨ ਸਟ੍ਰੀਮ ਜਿਹੜੀ ਰਹਿਤ ਮਰਿਆਦਾ ਹੈਗੀ ਆ। ਸੋ ਇਸ ਕਰਕੇ ਜੇ ਮਤਲਬ ਜਿਹੜੀ ਟਕਸਾਲ ਉਹ ਆਪਣੀ ਰਹਿਤ ਮਰਿਆਦਾ ਇੰਪੋਜ਼ ਕਰਨਾ ਚਾਹੁੰਦੀ ਹੈ, ਦੈਟ ਇਜ਼ ਨੋਟ ਐਕਸੈਪਟੇਬਲ। ਠੀਕ ਹੈ, ਮਰਿਆਦਾ ਕਿਹੜੀ ਸਹੀ ਹੈਗੀ ਆ? ਸਿੱਖ ਰਹਿਤ ਮਰਿਆਦਾ ਦਾ ਜ਼ਿਕਰ ਹੋ ਰਿਹਾ, ਜੇ ਇਹ ਮਸਲਾ ਹੱਲ ਹੋ ਗਿਆ, ਸਿੱਖ ਰਹਿਤ ਮਰਿਆਦਾ ਇੱਕ ਬਣ ਗਈ, ਤੇ ਫਿਰ ਅੱਜ ਟਕਸਾਲ ਦੀ ਅਲੱਗ ਕਿਉਂ ਹੈ, ਦੂਜੇ ਡੇਰਿਆਂ ਦੀ ਅਲੱਗ ਕਿਉਂ ਹੈ? ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਮੰਨਿਆ ਹੀ ਨਹੀਂ, ਇਹਨਾਂ ਸਿੱਖ ਕੌਮ ਨੇ ਉਹਨੂੰ ਐਕਸੈਪਟ ਕੀਤਾ ਲੇਕਿਨ ਇਹਨਾਂ ਨੇ ਨਹੀਂ ਮੰਨਿਆ, ਇਹ ਅੱਜ ਵੀ ਆਪਣੀਆਂ ਅਲੱਗ ਸਿੱਖ ਰਹਿਤ ਮਰਿਆਦਾ ਬਣਾਈ ਬੈਠੇ ਨੇ। ਕੇਪੀ ਸਿੰਘ ਜੀ, ਤੁਸੀਂ ਇੱਕ ਹੋਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਿਸ ਅਸੀਂ ਹੁਣ ਗੱਲ ਬਾਰ ਬਾਰ ਆਖਦੀ ਹੈ ਅਕਾਲ ਤਖ਼ਤ ਦੇ ਜਥੇਦਾਰ ਬਾਰੇ, ਹਰਪ੍ਰੀਤ ਸਿੰਘ ਬਾਰੇ ਅਤੇ ਉਹਨਾਂ ਦੀ ਬਣਾਈ ਕਮੇਟੀ ਬਾਰੇ, ਸੁਭਾਵਕ ਆਉਣੀ ਵੀ ਚਾਹੀਦੀ ਹੈ, ਆਉਣੀ ਵੀ ਚਾਹੀਦੀ ਹੈ, ਲੇਕਿਨ ਉਹ ਕਮੇਟੀ ਇੱਕ ਧਿਰ ਦੀ ਕੰਪਲੇਂਟ ਉੱਤੇ ਬਣਾਈ ਗਈ ਹੈ, ਉਹਨੂੰ ਦੋਸ਼ੀ ਦੇ ਤੌਰ 'ਤੇ ਸੱਦਿਆ ਜਾ ਰਿਹਾ, ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦੋਸ਼ੀ ਦੇ ਤੌਰ 'ਤੇ ਉੱਤੇ ਸੱਦਿਆ ਜਾ ਰਿਹਾ ਕਿ ਤੂੰ ਆ ਕੇ ਸਫਾਈ ਦੇ। ਇਹ ਇਸ ਗੱਲ ਦਾ ਸਵਾਲ ਨਹੀਂ ਹੈ, ਇਹ ਮਸਲਾ ਨਹੀਂ ਹੈ। ਔਰ ਜਿਹੜੇ ਅੱਜ ਅਕਾਲ ਤਖ਼ਤ ਦੇ ਇੰਨੇ ਵਫ਼ਾਦਾਰ ਬਣ ਕੇ ਅਤੇ ਇੰਨੇ ਉਹਦੇ ਹਵਾਲੇ ਦੇ ਰਹੇ ਨੇ, 4 ਦਿਨ ਪਹਿਲੇ ਇਹਨਾਂ ਨੇ ਉਸ ਜਥੇਦਾਰ ਨੂੰ ਰਿਜੈਕਟ ਕਰਕੇ ਆਪਣਾ ਜਥੇਦਾਰ ਬਣਾਇਆ, ਅੱਜ ਵੀ ਉਹਨੂੰ ਮੰਨਦੇ ਨੇ। ਅਮਰੀਕ ਸਿੰਘ ਅਜਨਾਲਾ ਜਿਹੜਾ ਉੱਥੇ ਬੈਠਾ ਹੋਇਆ, ਜਿਹੜੇ ਜਥੇਦਾਰ ਥਾਪੇ ਗਏ ਉਹਨਾਂ ਵਿੱਚੋਂ ਇੱਕ ਇਹ ਹੈ ਮਤਵਾਜੀ ਜਥੇਦਾਰ। ਹਾਂ, ਫਿਰ ਬੈਕਸਟੈਪ ਵੀ ਕਰ ਗਏ ਸੀਗੇ, ਕਿਹੜੇ ਜਥੇਦਾਰ ਨੂੰ ਮੰਨਦੇ ਨੇ ਫੇਰੇ, ਬਾਅਦ ਚ ਬੈਕਸਟੈਪ ਵੀ ਕਰ ਗਏ? ਹਾਂਜੀ, ਬੈਕਸਟੈਪ ਕਰ ਗਏ ਸਨ, ਉਹ ਆਪਸ ਦੇ ਵਿੱਚ ਇਹਨਾਂ ਦੀ, ਕਿਉਂਕਿ ਨਈ ਨਬੀ ਦੇ ਬੈਕਸਟੈਪ ਕਰ ਗਏ ਸਨ, ਲੇਕਿਨ ਅਸਲ ਮੁੱਦਾ ਇਹ ਹੈ ਕਿ ਉਹਨੂੰ ਹਰ ਸੂਰਤ ਦੇ ਵਿੱਚ ਦੋਸ਼ੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਵੋਟਾਂ ਵਾਲੀ ਪੋਲਿਟਿਕਸ ਨਜ਼ਰ ਆਉਂਦੀ ਹੈ ਜਿਵੇਂ ਅਮਰਿੰਦਰ ਸਿੰਘ ਘਰ ਆਉਂਦੀ ਹੈ? ਨਹੀਂ, ਮੈਨੂੰ ਇਹਦੇ ਵਿੱਚ ਵੋਟਾਂ ਵਾਲੀ ਪੋਲਿਟਿਕਸ ਨਹੀਂ ਨਜ਼ਰ ਆਉਂਦੀ। ਕੀ ਨਜ਼ਰ ਆਉਂਦਾ? ਫੋਲੋਇੰਗ ਵਾਲੀ ਪੋਲਿਟਿਕਸ ਨਜ਼ਰ ਆਉਂਦੀ ਹੈ? ਮੈਨੂੰ ਇੱਕ ਗੱਲ ਨਜ਼ਰ ਆਉਂਦੀ ਹੈ ਜਿਹੜੀ ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਸਿੱਖ ਕੌਮ ਨੂੰ ਪੜ੍ਹਨ ਦੇ ਵਾਸਤੇ ਤਾਕਤਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਸਰਗਰਮ ਨੇ, ਦੋਨਾਂ ਪਿੱਛੇ ਕੋਈ ਤਾਕਤਾਂ ਕੰਮ ਕਰਦੀਆਂ ਪਈਆਂ। ਹਾਂਜੀ, ਉਹ ਤਾਂ ਸਿੱਖ ਕੌਮ ਦੇ ਵਿੱਚ ਇਸ ਵੇਲੇ ਪੂਰਾ ਚੱਲ ਰਿਹਾ ਵੀ ਸਿੱਖ ਕੌਮ ਨੂੰ ਕਿਸ ਤਰ੍ਹਾਂ ਪਾੜ ਕੇ ਰੱਖਿਆ ਜਾਏ, ਇਹ ਆਪਸ ਦੇ ਵਿੱਚ ਕਿਸੇ ਨਾ ਕਿਸੇ ਮੁੱਦੇ ਉੱਤੇ ਲੜਦੇ ਰਹਿਣ, ਝਗੜਦੇ ਰਹਿਣ, ਉਹ ਵਿਵਾਦ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਜਿਹਦੇ ਨਾਲ ਆਪਸ 'ਚ ਭਰਾ ਮਾਰੂ ਜੰਗ ਜਿਹੜੀ ਹੈ। ਡਟ ਲਓ। ਇੱਕ ਆਖਰੀ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਜੀ, ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਸੰਗਤ ਤੁਹਾਡੇ ਅੱਗੇ ਵਿਦਵਾਨਾਂ ਦੀ ਗੱਲ ਸੁਣਦੀ ਹੈ? ਦੇਖੋ, ਸੰਗਤ ਨੂੰ ਮੈਂ ਅਪੀਲ ਕਰਦਾ ਕਿ ਦੋਨੇ ਧਿਰਾਂ ਨੂੰ ਉਹ ਕਹਿਣ, ਇੱਕ ਤਾਂ ਸੰਜਮ ਵਰਤਣ, ਉਹ ਇਸ ਮੌਕੇ, ਇਹ ਬੜਾ ਕ੍ਰਿਟੀਕਲ ਮੌਕਾ, ਸਾਰੇ ਮੁਲਕ ਦੇ ਵਿੱਚ ਮਤਲਬ ਬਹੁਤ ਚੀਰਫਾੜ ਹੋਈ ਵੀ ਆ, ਅਸੀਂ ਆਪਸ ਦੇ ਵਿੱਚ ਉਲਝ ਕੇ ਆਪਣਾ ਖੂਨ ਖਰਾਬਾ ਨਾ ਕਰੀਏ। ਇਹ ਮੈਨੂੰ ਮਤਲਬ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਬੰਦੇ ਨੂੰ ਮਾਰਿਆ ਜਾਵੇ, ਕਿਸੇ ਬੰਦੇ ਨੂੰ ਗਾਲੀ ਗਲੋਚ ਕੱਢੀ ਜਾਵੇ, ਕਿਸੇ ਬੰਦੇ ਦੇ ਖਿਲਾਫ ਇਸ ਕਿਸਮ ਦਾ ਦੁਸ਼ਟ ਪ੍ਰਚਾਰ ਕੀਤਾ ਜਾਵੇ। ਇਹ ਉਸੇ ਤਰੀਕੇ ਦੇ ਨਾਲ ਜੇ ਉਹ 5 ਬੰਦਿਆਂ ਦੀ ਕਮੇਟੀ ਆ, ਮੈਂ ਸਮਝਦਾ ਜਥੇਦਾਰ ਸਾਹਿਬ ਨੂੰ ਪੁੱਛ ਕੇ, ਭਾਈ ਰਣਜੀਤ ਸਿੰਘ ਨੂੰ ਪੁੱਛ ਲੈਣ ਵੀ ਤੂੰ ਦੱਸ ਭਾਈ ਵੀਰ ਕਿਹੜੇ ਮੈਂ ਤੇਰੇ 4-5 ਬੰਦੇ ਜਿਹੜੇ ਤੈਨੂੰ ਅਪੀਲ ਕਰਦੇ ਆ, ਜਿਹੜੇ ਤੈਨੂੰ ਠੀਕ ਲੱਗਦੇ ਆ, ਉਹ ਮੈਂ 4-5 ਬੰਦੇ ਉਹ ਪਾ ਲੈਂਦਾ। ਇਸੇ ਤਰੀਕੇ ਨਾਲ ਫੈਸਲੇ ਹੁੰਦੇ ਆ, ਫੁੱਲ ਬੈਂਚ ਬਣਦਾ, ਹਾਫ ਬੰਚ ਬਣਦਾ, ਸੁਪਰੀਮ ਕੋਰਟ 'ਚ ਬਣਦਾ, ਹਾਈ ਕੋਰਟਾਂ 'ਚ ਬਣਦਾ,
ਤੋਂ ਇਹ ਇਸੇ ਤਰੀਕੇ ਦੇ ਨਾਲ ਜਿਹੜੀਆਂ ਸਮੱਸਿਆਵਾਂ ਦੇ ਸੋਲਿਊਸ਼ਨ ਨਿਕਲਦੇ ਆ ਔਰ ਇਹ ਸੋਲਿਊਸ਼ਨ ਅੱਗੇ ਵੀ ਸਿੱਖ ਇਤਿਹਾਸ ਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਆਈਆਂ ਇਹ ਕੋਈ ਪਹਿਲੀ ਵਾਰ ਨਹੀਂ ਹੈ ਤੋ ਅੱਜ ਜ਼ਰੂਰਤ ਹੈ ਇਹ ਬਹੁਤ ਵੱਡਾ ਮਸਲਾ ਹੈ ਇਸ ਕੱਲਾ ਸਿੱਖਾਂ ਦਾ ਮਸਲਾ ਨਹੀਂ ਇਹਦੇ ਪਿੱਛੇ ਬਹੁਤ ਚੀਜ਼ਾਂ ਹੈਗੀਆਂ ਨਹੀਂ ਹੁਣ ਢੱਡਰਿਆਂ ਵਾਲੇ ਆਪਦਾ ਦੀਵਾਨ ਆਪਦੇ ਦੀਵਾਨ ਛੱਡਣੇ ਚਾਹੀਦੇ ਵਿੱਚ ਜਾਂ ਕਰਨੇ ਚਾਹੀਦੇ ਨਹੀਂ ਉਹਦਾ ਕਰ ਲੈਣ ਦੀਵਾਨ ਕਰ ਲੈਣ ਦੀਵਾਨ ਦੇ ਨਾਲ ਕੋਈ ਮਤਲਬ ਐਸੀ ਬਿਲਡਿੰਗ ਨਹੀਂ ਬਣ ਜਾਣੀ ਕੋਈ ਢਹਿ ਨਹੀਂ ਜਾਣੀ ਉਹ ਆਲਰੇਡੀ ਆਪਣਾ ਕਰਦੇ ਆ ਪ੍ਰਚਾਰ ਕਰੀ ਜਾਣ ਤੋ ਦੂਸਰੇ ਪਾਸੇ ਵੀ ਮੈਂ ਸਮਝਦਾ ਜਿਹੜੇ ਉਸ ਨੂੰ ਇਸ ਕਿਸਮ ਦੀਆਂ ਧਮਕੀਆਂ ਦਿੰਦੇ ਆ ਉਹ ਆਪਣਾ ਪ੍ਰਚਾਰ ਕਿਉਂ ਨਹੀਂ ਕਰਦੇ ਉਹ ਆਪਣਾ ਪੁਆਇੰਟ ਆਫ ਵਿਊ ਕਿਉਂ ਨਹੀਂ ਕਰਦੇ ਉਹ ਆਪਣਾ ਪੁਆਇੰਟ ਆਫ ਵਿਊ ਲੈ ਕੇ ਜਾਣ ਲੋਕਾਂ ਦੇ ਕੋਲ ਲੋਕਾਂ 'ਚ ਆਪਣੇ ਪੁਆਇੰਟ ਆਫ ਵਿਊ ਨੂੰ ਰੱਖਣ ਔਰ ਲੋਕਾਂ ਨੂੰ ਕਨਵਿੰਸ ਕਰਨ ਕਿ ਅਸੀਂ ਠੀਕ ਹੈ ਇਹ ਗਲਤ ਆ ਰਣਜੀਤ ਸਿੰਘ ਗੱਲ ਕਨਵਿੰਸ ਕੀਤਾ ਜਾ ਦੂਸਰੀ ਸੁਣੋਗਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣ ਲੱਗਿਆ ਮਿਸ਼ੀਗਨ ਯੂਨੀਵਰਸਿਟੀ ਦਾ ਇੱਕ ਐਸੋਸੀਏਟ ਪ੍ਰੋਫੈਸਰ ਸੀਗਾ ਮੰਡੇਰ ਉਸ ਨੇ ਬਹੁਤ ਹੀ ਮਤਲਬ ਐਸੀ ਕਿਤਾਬ ਲਿਖੀ ਜਿਹੜੀ ਬੜੀ ਸਿੱਖ ਗੁਰੂਆਂ ਦੇ ਖਿਲਾਫ਼ ਸੀ ਬਾਣੀ ਦੇ ਖਿਲਾਫ਼ ਸੀ ਸਿੱਖਾਂ ਦੇ ਖਿਲਾਫ਼ ਸੀ ਹੁਣ ਉਸ ਦਾ ਜਵਾਬ ਮੈਂ ਦਿੱਤਾ ਔਰ ਮੇਰੀ ਵਾਈਫ ਕਹਿਣ ਲੱਗੀ ਵੀ ਤੁਸੀਂ ਉਸਦੀ ਕਿਤਾਬ ਦਾ ਕਿਤਾਬ 'ਚ ਜਵਾਬ ਦਿਓ ਔਰ ਉਸ ਦੀ ਹੁਣ ਇਨਕੁਆਇਰੀ ਸ਼ੁਰੂ ਹੋ ਗਈ ਤੁਸੀਂ ਜੇ ਆਪਣੀ ਗੱਲ ਕਿਸੇ ਉਸ ਦੇ ਪੈਰਲਲ ਰੱਖਣੀ ਪਏਗੀ ਤੁਹਾਨੂੰ ਧਮਕੀਆਂ ਨਾਲ ਨਹੀਂ ਕਰ ਹੁਣ ਜੇ ਮੈਂ ਉਹਨੂੰ ਐਵੇਂ ਗਾਲ ਗਲੋਚ ਕਰਦਾ ਦੈਟ ਇਜ਼ ਮੀਨਿੰਗਲੈਸ ਰਿਟਨ ਡਾਕੂਮੈਂਟ ਹੋਣਾ ਰਿਟਨ ਉਹਦੇ ਪੈਰਲਲ ਦੇਖੋ ਜੇ ਤੁਸੀਂ ਇੱਕ ਲਕੀਰ ਖਿੱਚੀ ਆ ਲਕੀਰ ਮਿਟਾਈ ਨਹੀਂ ਜਾ ਸਕਦੀ ਉਹਦੇ ਬਰਾਬਰ ਲਕੀਰ ਵੱਡੀ ਖਿੱਚਦੇ ਚਲੋ ਠੀਕ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਅਮਰਿੰਦਰ ਸਿੰਘ ਜੀ ਹਾਂ ਕੀ ਕਹਿਣਾ ਚਾਹੁੰਦੇ ਫਟਾਫਟ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਈ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹ ਕਿਤਾਬ ਲਿਖ ਕੇ ਉਹਨੂੰ ਸਪਸ਼ਟ ਕਰਨ ਵਾਲੀ ਨਹੀਂ ਹੈ ਇਹ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਪ੍ਰਚਾਰ ਐਸਾ ਕਰ ਰਹੇ ਹੋ ਕਿ ਜਿਹੜਾ ਗੁਰੂ ਸਾਹਿਬਾਨ ਦੇ ਉਲਟ ਹੈ ਜਾਂ ਉਹਨਾਂ ਦੀ ਫਿਲਾਸਫੀ ਦੇ ਉਲਟ ਹੈ ਮਸਲਾ ਇਹ ਹੈ ਇਹ ਜਸਟ ਲਾਈਕ ਜਿਵੇਂ ਆਪਾਂ ਜਾ ਕੇ ਚਰਚ ਦੇ ਵਿੱਚ ਜਾ ਕੇ ਜੀਸਸ ਦੇ ਖਿਲਾਫ਼ ਬੋਲਣ ਲੱਗ ਜਾਈਏ ਇਹ ਉਸ ਤਰੀਕੇ ਦਾ ਮਸਲਾ ਹੈਗਾ ਸੋ ਇਹਦੇ ਵਿੱਚ ਢੱਡਰੀਆਂ ਵਾਲਿਆਂ ਨੂੰ ਖੁਦ ਹੀ ਰਿਸਟ੍ਰੇਨ ਰੱਖਣਾ ਚਾਹੀਦਾ ਕਿ ਜਿਹੜੀਆਂ ਚੀਜ਼ਾਂ ਕੰਟਰੋਵਰਸ਼ਲ ਹੈ ਉਹ ਉਸ ਨੂੰ ਨਾ ਅਜੇ ਪ੍ਰੋਪੋਗੇਟ ਕਰਨ ਠੀਕ ਹੈ ਪ੍ਰਚਾਰ ਕਰਦੇ ਰਹਿਣ ਕੋਈ ਦਿੱਕਤ ਨਹੀਂ ਹੈ ਠੀਕ ਹੈ ਅੜਿੱਕੇ ਦੂਰ ਹੋਣੇ ਚਾਹੀਦੇ ਆ ਬਹੁਤ ਧੰਨਵਾਦ ਅਮਰਿੰਦਰ ਸਿੰਘ ਤੁਹਾਡਾ ਡਾਕਟਰ ਲੋ ਤੁਹਾਡਾ ਬਹੁਤ ਧੰਨਵਾਦ ਹਰਿੰਦਰ ਸਿੰਘ ਖਾਲਸਾ ਤੁਹਾਡਾ ਬਹੁਤ ਧੰਨਵਾਦ ਗੁਰਨਾਮ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਬਹੁਤੇ ਸਵਾਲ ਆ ਜਿਹੜੇ ਮੈਂ ਕੋਸ਼ਿਸ਼ ਕਰਦਾ ਕਿ ਡਿਬੇਟ ਵਿੱਚ ਸ਼ਾਮਿਲ ਕੀਤੀ ਜਾਣ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਵਾਲ ਲਿਖ ਕੇ ਭੇਜਦੇ ਹੋ ਤੁਸੀਂ ਐਕਟ ਦੀ ਗੱਲ ਵੀ ਲਿਖੀ ਸੀ ਐਕਟ ਨਾਲ ਕੋਈ ਹੱਲ ਨਹੀਂ ਹੋਣ ਵਾਲਾ ਗਾ ਪੰਥ ਨੂੰ ਸਿਰ ਜੋੜਨਾ ਪਵੇਗਾ ਕਿਸੇ ਐਕਟ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ ਗਾ ਸੰਵਾਦ ਕਰਨੇ ਪੈਣਗੇ ਗੋਸ਼ਟੀਆਂ ਸਿਧਾਂਤ ਸਾਡੇ ਕੋਲ ਹੈਗਾ ਉਹ ਕਰਨੇ ਪੈਣਗੇ ਜਿਹੜਾ ਇੱਕ ਡਾਕਟਰ ਲੋ ਵੱਲੋਂ ਸੁਝਾਅ ਆਇਆ ਕਿ ਰਿਟਨ ਡਾਕੂਮੈਂਟ ਹੋਣਾ ਚਾਹੀਦਾ ਅਤੇ ਉਸ ਤੋਂ ਬਾਅਦ ਚਰਚਾ ਹੋਣੀ ਚਾਹੀਦੀ ਚਰਚਾ ਤੋਂ ਬਾਅਦ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ ਇਹ ਫੈਸਲਾ ਤੁਹਾਡੀ ਕਚਹਿਰੀ 'ਚ ਪਿਆ ਪਰ ਕੌਮ ਨੂੰ ਸੰਜਮ ਵਰਤਣਾ ਪਵੇਗਾ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਨਾ ਹੀ ਵਿਵਾਦ ਕਿਸੇ ਚੀਜ਼ ਦਾ ਹੱਲ ਹੈ ਧਮਕੀਆਂ ਨਾਲ ਹੱਲ ਨਹੀਂ ਹੋਣਾ ਸਾਨੂੰ ਤਾਂ ਸਰਬੱਤ ਦੇ ਭਲੇ ਦਾ ਫਲਸਫਾ ਦਿੱਤਾ ਗਿਆ ਉਸ ਫਲਸਫੇ 'ਤੇ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਪਵੇਗਾ ਬਹੁਤ ਧੰਨਵਾਦ